ਜੋ ਆਪਾਂ ਕਰ ਰਹੇ ਹਾਂ ਉਹ ਲਿਖਿਆ ਜਾ ਰਿਹਾ। ਬੜੇ ਬਾਣੀ ਪ੍ਰਮਾਣ ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁੱਖ ਲੈ ਕੇ ਜਾ ਬੈਠਾ ਕੱਢ ਬਈ, ਜਿਵੇਂ ਕੋਈ ਲੈਣ ਦੇਣ ਵਾਲਾ ਆਪਣਾ ਬਈ ਕੱਢ ਕੇ। ਸਿਆਣੇ ਬੰਦੇ ਕਹਿੰਦੇ ਨੇ ਦੁਕਾਨ ਖੋਲੋ, ਬਈ ਕਹਿੰਦੀ ਹੈ ਕਿ ਪਹਿਲਾਂ ਲਿਖ ਅਤੇ ਪਿੱਛੋਂ ਦੇ, ਫਿਰ ਭੁੱਲੇ ਤਾਂ ਮੈਥੋਂ ਲੈ। ਲਿਖਿਆ ਜਾਂਦਾ ਆਪਾਂ ਜੋ ਵੀ ਕਰ ਰਹੇ ਹਾਂ, ਜਾਣੇ ਅਣਜਾਣੇ ਇਹ ਸਭ ਕੁਝ ਲਿਖਿਆ ਜਾ ਰਿਹਾ, ਅਤੇ ਜਦੋਂ ਇੱਥੋਂ ਜਾਣਾ ਇਹ ਨਾਲ ਲਿਖਿਆ ਲੈ ਕੇ ਜਾਣਾ। ਛੁੱਟੀਆਂ ਛੁੱਟੀਆਂ ਗੱਲਾਂ ਨੇ ਜਿਹਨੂੰ ਸਮਝ ਆ ਜਾਣਗੀਆਂ ਉਹਦਾ ਜੀਵਨ ਬਦਲ ਜਾਏ, ਅਤੇ ਬਾਣੀ ਦਾ ਇਹੀ ਕੰਮ ਹੈ ਕਿ ਜੀਵਨ ਬਦਲਦਾ। ਫਿਰ ਪੜ੍ਹੋ, ਪੁੰਨੀ ਪਾਪੀ ਆਖਣ ਨਾ ਹੀ ਕਰ ਕਰ ਕਰਨਾ ਲਿਖ ਲੈ ਜਾ, ਜੋ ਆਪਾਂ ਕਰ ਰਹੇ ਹਾਂ ਉਹ ਲਿਖਿਆ ਹੋਇਆ ਲੈ ਕੇ ਜਾ, ਅਤੇ ਜੋ ਲਿਖਿਆ ਲੈ ਕੇ ਜਾਵਾਂਗੇ ਫਿਰ ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ। ਮਾਲਕ ਨੇ ਆਪੇ ਬੀਜ ਆਪੇ ਹੀ ਖਾ। ਹੁਣ ਇੱਥੇ ਬੀਜ ਦੇ ਜੱਜੇ ਨੂੰ ਸਿਆਰੀ ਹੈ, ਜੇ ਬੀਜ ਦੇ ਜੱਜੇ ਨੂੰ ਔਂਕੜ ਹੋਵੇਗਾ ਤੇ ਨਾਉਣ ਇੱਕ ਵਚਨ ਬੀਜ, ਇਹ ਫਲਾਣੀ ਚੀਜ਼ ਦਾ ਬੀਜ ਹੈ, ਪਰ ਸਿਆਰੀ ਲੱਗ ਜਾਏਗੀ ਤੇ ਬੀਜ ਕੇ ਇਹ ਕਿਰਿਆ ਵਰਗ ਹੈ। ਜੋ ਆਪਾਂ ਨੇ ਬੀਜਿਆ ਹੈ ਉਹੀ ਖਾਣਾ ਪੈਣਾ। ਰੋਜ਼ ਤੁਸੀਂ ਪੜ੍ਹਦੇ ਹੋ ਜਿਹਾ ਬੀਜੇ ਸੋ ਲੁਣੇ ਕਰਮਾ ਸੰਦੜਾ, ਜਿਹਨੂੰ ਇਹ ਸਮਝ ਆ ਗਈ ਉਹ ਫਿਰ ਬੀਜਣ ਲੱਗਿਆ ਸਾਵਧਾਨ ਹੋ ਗਏ, ਨਾ ਭਾਈ ਮੈਂ ਇਹੋ ਜਿਹਾ ਬੀਜ ਬੀਜਣਾ ਹੀ। ਨਾਨਕ ਹੁਕਮੀ ਆਵੋ ਜਾ, ਨਾਨਕ ਜੀ ਫਰਮਾਉਂਦੇ ਨੇ ਹੁਕਮੀ ਉਹਦੇ ਹੁਕਮ ਦੁਆਰਾ ਆਵੋ ਜਾ, ਫਿਰ ਜੰਮਣਾ ਅਤੇ ਮਰਨਾ ਤਾਂ ਹੈ ਹੀ। ਇਸ ਲਈ ਬਾਬੇ ਨੇ ਸਮਝਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਫਿਰ ਪੜ੍ਹੋ, ਭਰੀਏ ਹੱਥ ਪੈਰ ਤਨ, ਸਾਰੇ ਬੋਲਿਆ ਕਰੋ, ਭਰੀਏ ਹੱਥ ਪਾਣੀ ਧੋਤੈ ਉਤਰ, ਮੂਤ ਬਲੀਤੀ ਕੱਪੜ ਦੇ ਸਭ, ਭਰੀਏ ਮਤ ਪਾਪਾਂ ਕੈ ਸੰ ਉਹ ਧੋਪੈ, ਕਰ ਕਰ ਕਰਨਾ ਆਪੇ ਬੀਜ ਨਾਨਕ ਹੁਕਮੀ। ਆ ਜੀ ਬਾਣੀ ਪੜ੍ਹਨ ਦਾ ਜਾਪ, ਜਦੋਂ ਤੁਸੀਂ ਇਸ ਤਰ੍ਹਾਂ ਸਮਝ ਕੇ ਪੜ੍ਹੋਗੇ ਤੁਹਾਡਾ ਆਨੰਦ ਵੱਧ ਜਾਏਗਾ, ਤੁਹਾਨੂੰ ਸਮਝ ਆ ਜਾਏਗੀ ਵੀ ਬਾਣੀ ਕੀ ਕਹਿ ਰਹੀ ਹੈ। ਆਓ ਜੀ ਸਦਕੇ, ਗੁਰਦੁਆਰਾ ਬੜਾ ਸੁੰਦਰ ਬਣਾਇਆ, ਮੱਥਾ ਟੇਕੋ, ਪਰ ਗੁਰੂ ਸਾਹਿਬ ਕਹਿ ਕੀ ਰਹੇ? ਗੁਰੂ ਦੁਆਰਾ ਹੋਏ ਸੋਝੀ ਪਾਈ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਇਆ ਸੀ। ਜਦੋਂ ਸੰਗਤ ਵਿੱਚ ਆ ਕੇ ਬੈਠਾਂਗੇ, ਜਦੋਂ ਬਾਣੀ ਨੂੰ ਸੁਣਾਂਗੇ, ਪੜ੍ਹਾਂਗੇ, ਵਿਚਾਰਾਂਗੇ, ਫਿਰ ਸਾਨੂੰ ਸੋਝੀ ਆਵੇ। ਅੱਗੇ ਚੱਲੀਏ ਜੀ।
ਤੀਰਥ ਤਪ ਦਇਆ ਦਤ ਦਾਨ। ਸਾਰੇ ਇਕੱਠੇ ਬੋਲੋ ਤੇ ਜ਼ਿਆਦਾ ਆਨੰਦ ਆਏਗਾ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਰ ਨਾ ਹੋ। ਸਭ ਗੁਣ ਤੇਰੇ ਮੈਂ ਨਾ ਹੀ ਹੋਏ, ਨਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥ, ਇਹਨੂੰ ਚੰਗੀ ਤਰ੍ਹਾਂ ਸਮਝੋ, ਸਵਸਥ ਆਤਮਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਤੋਂ ਵੇਲਾ ਵਖਤ ਕਵਣ, ਕਵਣ ਖਿੱਤ ਕਵਣ ਵਾਰ, ਕਵਣ ਸਿਰੁਤੀ ਮਾਂ ਕਵਣ। ਇਹਨੂੰ ਮਾਹੋ ਨਹੀਂ ਕਹਿਣਾ, ਮਾਹ ਇਹ ਹਾਏ ਨੂੰ ਔਂਕੜ ਜਿਹੜਾ ਹੈ ਨਾਉਣ ਪੁਲਿੰਗ ਦਾ ਇੱਕ ਵਚਨ ਦਾ। ਕਵਣ ਸਿਰੁਤੀ ਮਾਂ ਕਵਣ, ਜਿਤ ਹੋਆ ਆਕਾਰ, ਵੇਲ ਨ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਖਤ ਨ ਪਾਇਓ ਕਾਦੀਆਂ, ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨ ਜੋਗੀ ਜਾਣੇ, ਰੁੱਤ ਮਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੇ ਸੋਈ, ਕਿਵ ਕਰ ਆਖਾਂ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੇ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੇ। ਇਹਨੂੰ ਆਪੋ ਪੱਪੇ ਨੂੰ ਕਨੋੜਾ ਹੈਗਾ, ਆਪੋ ਨਹੀਂ ਆਪੋ। ਨਾਨਕ ਜੇ ਕੋ ਆਪੋ ਜਾਣੇ, ਅੱਗੇ ਗਿਆ ਨਾ ਸੋ ਹੈ। ਦੇਖੋ ਪੌੜੀ ਦਾ ਆਕਾਰ ਲੰਬਾ ਹੈ, ਪਰ ਬਹੁਤ ਡੂੰਘੀਆਂ ਗੱਲਾਂ ਕਹੀਆਂ ਪਾਤਸ਼ਾਹ, ਬੜੇ ਧੀਰਜ ਨਾਲ ਸਮਝਣਾ ਪੈਂਦਾ। ਆਖਿਆ ਲੋਕ ਤੀਰਥਾਂ 'ਤੇ ਵੀ ਜਾਂਦੇ ਹਨ, ਲੋਕ ਤਪ ਵੀ ਕਰਦੇ, ਦਇਆ ਵਿੱਚ ਆ ਕੇ ਦਾਨ ਵੀ ਦਿੰਦੇ ਨੇ, ਬਈ ਇਹ ਲੋੜਵੰਦ ਹੈ ਦਿਓ ਜੀ, ਕੰਮ ਚੰਗੇ ਨੇ, ਮਾੜਾ ਨਹੀਂ ਹੈ। ਪਰ ਇਹਨਾਂ ਦਾ ਫਲ ਜਿਹੜਾ ਨਾ ਉਹ ਬੜਾ ਥੋੜ੍ਹਾ ਹੈ। ਰੋਜ਼ ਤੁਸੀਂ ਪੜ੍ਹਦੇ ਹੋ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਤੀਰਥ ਵਰਤ
ਅਰਦਾਨ ਕਰ ਮਨ ਮੈਂ ਧਰੇ ਨਾਨਕ ਨਿਫਲ ਜਾਤ ਤੇ ਜੋ ਕੁੰਚਰ ਦਾਨ ਤੇ ਕੀਤਾ ਤੀਰ ਤੇ ਗਏ ਤਪ ਕੀਤਾ ਪਰ ਨਾਲ ਹੀ ਅਹੰਕਾਰ ਵੀ ਕਰ ਲਿਆ ਮੈਂ ਇੰਨਾ ਦਾਨ ਕੀਤਾ ਜੀ ਮੈਂ ਕਈ ਵਾਰੀ ਦੇਖਿਆ ਲੋਕਾਂ ਨੂੰ ਲੜਦਿਆਂ ਮੇਰਾ ਨਾਮ ਹੀ ਨਹੀਂ ਲਿਆ ਭਾਈ ਸਾਹਿਬ ਨੇ ਅਰਦਾਸ ਨਹੀਂ ਕੀਤੀ ਮੈਨੂੰ ਸਿਰਪਾਓ ਹੀ ਨਹੀਂ ਦਿੱਤਾ ਇਹਦੇ ਪਿੱਛੇ ਕੀ ਹੈ ਅਹੰਕਾਰ ਹੈ ਖਤਮ ਮੈਨੂੰ ਮੇਰੇ ਇੱਕ ਬਜ਼ੁਰਗ ਨੇ ਕਥਾ ਸੁਣਾਈ ਛੋਟੀ ਜੀ ਤੋਂ ਮੈਂ ਇਸ ਲਈ ਬਹੁਤਾ ਵਿਸਥਾਰ ਨਹੀਂ ਕਰਦਾ ਵੀ ਟਾਈਮ ਦਾ ਧਿਆਨ ਰੱਖੇ ਪਰ ਹਰ ਗੱਲ ਨੂੰ ਸਮਝਣ ਵਾਸਤੇ ਥੋੜ੍ਹਾ ਜਿਹਾ ਸਾਖੀ ਸੁਣਾਉਣੀ ਪੈਂਦੀ ਕਹਿੰਦੇ ਇੱਕ ਰਾਜਾ ਸੀ ਅਤੇ ਉਹ ਨਾਲੇ ਗਿਆਨੀ ਵੀ ਸੀਗਾ ਲੋਕਾਂ ਨੂੰ ਗਿਆਨ ਵੀ ਦਿੰਦਾ ਸੀ ਉਹਨੇ ਅਨਾਊਂਸਮੈਂਟ ਕੀਤੀ ਵੀ ਜੇ ਕਿਸੇ ਨੇ ਦਾਨ ਵੇਚਣਾ ਹੋਵੇ ਤਾਂ ਮੇਰੇ ਕੋਲ ਆ ਜਾਵੇ ਜਿਹੜਾ ਉਹਦੇ ਕੋਲ ਆਉਂਦਾ ਦਾਨ ਵੇਚਣ ਉਹ ਫਿਰ ਉਹਨੂੰ ਸਮਝਾਉਂਦਾ ਵੀ ਦਾਨ ਕਿਉਂ ਵੇਚਣਾ ਦਾਨ ਵੇਚਣ ਹੀ ਥੋੜ੍ਹਾ ਕਰੀ ਉਹ ਕਹਿੰਦੇ ਮੈਨੂੰ ਲੋੜ ਹੈ ਪੈਸਿਆਂ ਦੀ ਕਹਿੰਦਾ ਪੈਸੇ ਲੈ ਜਾ ਕਾਰੋਬਾਰ ਕਰ ਲੈ ਜਿੱਦਣ ਤੇਰੇ ਕੋਲ ਹੋਣਗੇ ਮੈਨੂੰ ਵਾਪਸ ਕਰ ਦੇ ਤਾਂ ਇਸ ਤਰ੍ਹਾਂ ਇੱਕ ਸ਼ਾਹੂਕਾਰ ਆਇਆ ਜਿਹੜਾ ਕਿਸੇ ਵੇਲੇ ਬੜਾ ਅਮੀਰ ਸੀ ਉਹਨੇ ਬੜਾ ਦਾਨ ਕੀਤਾ ਕਿਸੇ ਕਾਰਨ ਗਰੀਬ ਹੋ ਗਿਆ ਕੋਈ ਨੁਕਸਾਨ ਹੋ ਗਿਆ ਕੋਈ ਵਪਾਰ ਵਿੱਚ ਘਾਟਾ ਪੈ ਗਿਆ ਬਿਲਕੁਲ ਥੱਲੇ ਚਲਾ ਗਿਆ ਪਰ ਜਦੋਂ ਉਹਦਾ ਕਾਰੋਬਾਰ ਚੰਗਾ ਸੀ ਉਦੋਂ ਉਹਨੇ ਬੜੇ ਦਾਨ ਕੀਤੇ ਸਨ ਉਹਨੇ ਵੀ ਰਾਜੇ ਦੀ ਅਨਾਊਂਸਮੈਂਟ ਸੁਣੀ ਸੋਚਣ ਲੱਗਾ ਵੀ ਚਲੋ ਆਪਾਂ ਕੋਈ ਦਾਨ ਵੇਚ ਦਈਏ ਚਾਰ ਪੈਸੇ ਮਿਲ ਜਾਣਗੇ ਕਾਰੋਬਾਰ ਕਰਾਂਗੇ ਫਿਰ ਕਮਾਵਾਂਗੇ ਫਿਰ ਦਾਨ ਕਰਾਂਗੇ ਬੜੇ ਧਿਆਨ ਨਾਲ ਸੁਣਨਾ ਅਸੀਂ ਛੋਟੇ ਬੱਚਿਆਂ ਨੂੰ ਲੈ ਕੇ ਆਉਂਦੇ ਹਾਂ ਵੀ ਚਲੋ ਖੇਡਦੇ ਰਹਿਣਗੇ ਪਰ ਨਹੀਂ ਸੰਗਤ ਵਿੱਚ ਇਹ ਕੰਮ ਨਹੀਂ ਚੱਲਦਾ ਬੱਚੇ ਆਪਣੀ ਹਰਕਤ ਕਰਨ ਤੋਂ ਨਹੀਂ ਹਟਦੇ ਬੱਚੇ ਨੇ ਅਤੇ ਧਿਆਨ ਉਖੜ ਜਾਂਦਾ ਉਹ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਭਲੀਏ ਲੋਕੇ ਮੈਂ ਸਵੇਰੇ ਸ਼ਾਹੂਕਾਰ ਆਪਣਾ ਰਾਜੇ ਨੂੰ ਮਿਲਣ ਜਾਣਾ ਹੈ ਅਤੇ ਮੈਨੂੰ ਤੂੰ ਸਵੇਰੇ ਸਵੇਰੇ ਦੋ ਰੋਟੀਆਂ ਦੋ ਪਰੌਂਠੇ ਪਕਾ ਕੇ ਪੌਣੇ ਵਿੱਚ ਬੰਨ ਦਈ ਅਤੇ ਮੈਂ ਛੇਤੀ ਛੇਤੀ ਠੰਡੇ ਠੰਡੇ ਜਾਵਾਂਗਾ ਜਿੱਥੇ ਭੁੱਖ ਲੱਗੇਗੀ ਖਾ ਲਾਂਗਾ ਤੁਰ ਪਿਆ ਘਰਵਾਲੀ ਆਗਿਆਕਾਰ ਸੀ ਉਹਨੇ ਦੋ ਪਰੌਂਠੇ ਪਕਾ ਕੇ ਬੰਨ ਦਿੱਤੇ ਇੱਕ ਜਗ੍ਹਾ ਉਸਨੇ ਦੇਖਿਆ ਬਈ ਦਰਖਤ ਹੈ ਛਾਂ ਹੈ ਪਾਣੀ ਵੀ ਹੈ ਇੱਥੇ ਬਹਿ ਕੇ ਉਹ ਲੱਗਾ ਰੋਟੀ ਖਾਣ ਤਾਂਹੀਓ ਇੱਕ ਕੁੱਤੀ ਆ ਗਈ ਅਤੇ ਉਹਦੇ ਮਗਰ ਸਨ ਚਾਰ ਬੱਚੇ ਉਹ ਕੋਲ ਆ ਕੇ ਬਹਿ ਗਈ ਹੁਣ ਉਹਨੂੰ ਆਸ ਸੀ ਤਾਂ ਮੈਨੂੰ ਰੋਟੀ ਮਿਲੇਗੀ ਉਹਦੇ ਮਨ 'ਚ ਦਇਆ ਆਈ ਅਤੇ ਉਹਨੇ ਇੱਕ ਰੋਟੀ ਕੁੱਤੀ ਨੂੰ ਪਾ ਦਿੱਤੀ ਕਹਿੰਦਾ ਚਲੋ ਮੈਂ ਖਾ ਲਾਂ ਪਰ ਕੁੱਤੀ ਦੇ ਨਾਲ ਚਾਰ ਬੱਚੇ ਵੀ ਸਨ ਉਹ ਹਾਲੀ ਵੀ ਦੇਖ ਰਹੀ ਸੀ ਉਹਨੇ ਦੂਜੀ ਰੋਟੀ ਵੀ ਪਾ ਦੋ ਹੀ ਉਹਦੇ ਕੋਲ ਸਨ ਦੋਵੇਂ ਪਾ
ਅਤੇ ਆਪ ਪਾਣੀ ਦਾ ਬੁੱਕ ਪੀ ਕੇ ਚੱਲ ਪਿਆ ਵੀ ਚਲੋ ਸ਼ਹਿਰ ਜਾ ਕੇ ਕੁਝ ਖਾ ਲਓ। ਸ਼ਹਿਰ ਪਹੁੰਚ ਗਿਆ, ਰਾਜੇ ਨੂੰ ਮਿਲਿਆ। ਰਾਜੇ ਨੇ ਕਿਹਾ, ਆਓ ਜੀ ਕਿਵੇਂ ਆਏ? ਕਹਿੰਦੇ ਜੀ ਮੈਂ ਸੁਣਿਆ ਤੁਸੀਂ ਦਾਨ ਖਰੀਦਦੇ ਹੋ। ਕਹਿੰਦੇ ਹਾਂ। ਕਹਿੰਦੇ ਫਿਰ ਮੈਂ ਦਾਨ ਵੇਚਣ ਆਏ। ਰਾਜਾ ਕਹਿਣ ਲੱਗਾ, ਸੇਠ ਜੀ ਦਾਨ ਵੇਚੀ ਦਾ ਨਹੀਂ ਹੁੰਦਾ, ਕਿਉਂ ਵੇਚਦੇ? ਕਹਿੰਦੇ ਜੀ ਮੇਰੇ ਘਾਟਾ ਪੈ ਗਿਆ, ਪੈਸੇ ਨਹੀਂ ਹੈਗੇ, ਚਲੋ ਇੱਕ ਦਾਨ ਵੇਚ ਦਿਆਂਗੇ। ਰਾਜੇ ਨੇ ਬੜਾ ਸਮਝਾਇਆ। ਦੇਖੋ ਬੰਦਾ ਸਮਝਦਾ ਵੀ ਉਦੋਂ ਹੈ ਜਦੋਂ ਉਹਨੂੰ ਸਮਝ ਆਵੇ, ਐਵੇਂ ਨਹੀਂ ਸਮਝਦਾ। ਰਾਜੇ ਨੇ ਬਹੁਤ ਕਿਹਾ, ਤੁਸੀਂ ਪੈਸੇ ਲੈ ਜਾਓ, ਜਿੰਨੇ ਮਰਜ਼ੀ ਲੈ ਜਾਓ, ਜਦੋਂ ਕਾਰੋਬਾਰ ਕਰੋਗੇ ਚਾਰ ਪੈਸੇ ਨੂੰ ਦੇ ਦਿਆ। ਕਹਿੰਦਾ ਨਾ, ਮੈਂ ਸਿੱਖਿਆ ਹੀ ਨਹੀਂ, ਮੈਂ ਇਸ ਤਰ੍ਹਾਂ ਨਹੀਂ ਲਿਜਾਂਦਾ। ਚਲੋ ਉਹ ਅੜ ਗਿਆ। ਰਾਜਾ ਕਹਿੰਦਾ, ਦੱਸੋ ਫਿਰ ਕਿਹੜਾ ਦਾਨ ਵੇਚਣਾ? ਉਹ ਡੱਗ ਪਿਆ ਦੱਸਣ, ਮੈਂ ਉੱਥੇ ਨਲਕਾ ਲਾਇਆ ਸੀ, ਮੈਂ ਉੱਥੇ ਮੰਦਰ ਬਣਾਇਆ ਸੀ, ਮੈਂ ਉੱਥੇ ਪੁਲ ਬਣਾਇਆ, ਜੋ ਵੀ। ਰਾਜਾ ਥੋੜ੍ਹੀ ਜਿਹੀ ਦੇਰ ਬਾਅਦ ਅੱਖਾਂ ਮੀਂਹ, ਇਹਦਾ ਕੋਈ ਮੁੱਲ ਨਹੀਂ ਪਿਆ, ਇਹਦਾ ਕੋਈ ਮੁੱਲ ਨਹੀਂ ਪਿਆ। ਜਿੰਨੇ ਉਹਨੇ ਦਾਨ ਕੀਤੇ ਸੀ ਉਹ ਸਾਰੇ ਹੀ ਰਿਜੈਕਟ ਹੋ ਗਏ। ਹੁਣ ਜਦੋਂ ਮੁੱਲ ਹੀ ਨਹੀਂ ਪਿਆ ਤਾਂ ਅਗਲਾ ਦੇਵੇ ਕੀ? ਉੱਠ ਕੇ ਤੁਰਨ ਲੱਗਾ। ਰਾਜਾ ਕਹਿੰਦਾ, ਬਹਿ ਜਾ, ਇੱਕ ਦਾਨ ਤੇਰਾ ਬਾਕੀ ਹੈ, ਇੱਕ ਦਾਨ, ਪਰ ਉਹਦਾ ਮੁੱਲ ਇੰਨਾ ਜ਼ਿਆਦਾ ਹੈ ਕਿ ਜੇ ਮੈਂ ਆਪਣਾ ਰਾਜ ਵੀ ਦੇ ਦਿਆਂ ਤੈਨੂੰ, ਫਿਰ ਵੀ ਉਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ। ਹੁਣ ਉਹਨੂੰ ਸਮਝ ਆ ਗਈ। ਕਹਿੰਦਾ ਜੀ ਮੈਂ ਤਾਂ ਕੋਈ ਜਿਹੜੇ ਦਾਨ ਕੀਤੇ ਸਨ ਸਾਰੇ ਦੱਸ ਦਿੱਤੇ ਨੇ, ਅਤੇ ਤੁਸੀਂ ਸਾਰਿਆਂ ਉੱਤੇ ਲੀਕ ਫੇਰ ਦਿੱਤੀ ਹੈ। ਕਹਿੰਦੇ ਬਸ ਇੱਕ ਦਾਨ ਬਾਕੀ ਹੈ, ਉਹਦਾ ਮੁੱਲ ਇੰਨਾ ਜ਼ਿਆਦਾ ਹੈ ਕਿ ਮੈਂ ਆਪਣਾ ਰਾਜ ਵੀ ਦੇ ਦਿਆਂ ਤਾਂ ਵੀ ਨਹੀਂ। ਹੁਣ ਉਹਨੂੰ ਗਿਆਨ ਹੋ ਗਿਆ, ਕਹਿੰਦਾ ਮੈਂ ਵੇਚਦਾ ਹੀ ਨਹੀਂ, ਜਿਹੜਾ ਐਡਾ ਵੱਡਾ ਦਾਨ ਹੈ ਮੈਂ ਵੇਚਦਾ ਹੀ ਨਹੀਂ। ਰਾਜੇ ਨੇ ਕਿਹਾ, ਉਹ ਦਾਨ ਹੈ ਕੁੱਤੀ ਨੂੰ ਪਾਈਆਂ ਦੋ ਰੋਟੀਆਂ ਜਿਹੜੀਆਂ ਤੂੰ ਭੁੱਲ ਗਿਆ। ਯਾਦ ਰੱਖੋ, ਬੀਜ ਉਹ ਹੀ ਉੱਗੇਗਾ ਜਿਹੜਾ ਧਰਤੀ ਦੇ ਵਿੱਚ ਜਾਏਗਾ। ਜਿਹੜਾ ਧਰਤੀ ਦੇ ਉੱਤੇ ਪਿਆ ਰਹੇ ਜਾਂ ਤੁਸੀਂ ਫੋੜ ਕੇ ਵੇਖਣ ਲੱਗੋ ਉੱਗਿਆ ਕਿ ਨਹੀਂ, ਫਟੋ। ਬਾਬਾ ਨਾਨਕ ਜੀ ਇਹ ਗੱਲ ਕਹਿ ਰਹੇ, ਤੀਰਥ ਤਪ ਦਇਆ ਦੱਤ, ਜੇ ਕੋ ਪਾਵੇ ਤਿਲਕ। ਤਿਲਕ ਇੰਨਾ ਛੋਟਾ ਹੁੰਦਾ, ਜੇ ਨਾ ਸਾਰੇ ਕੀਤੇ ਕਰਮਾਂ ਦਾ ਫਲ ਮਿਲੇ ਤਿਲ ਜਿੰਨਾ। ਹੁਣ ਤੁਸੀਂ ਦੱਸੋ, ਤਿਲ ਜਿੰਨਾ ਲੈਣਾ ਕਿ ਬਹੁਤਾ ਲੈਣਾ? ਮਹਾਰਾਜ ਫਿਰ ਦੱਸੋ ਕੀ ਕਰੀਏ? ਮਹਾਰਾਜ ਕਹਿੰਦੇ, ਆਓ ਮੈਂ ਦੱਸਦਾ। ਸੁਣਿਆ ਮੰਨਿਆ ਮਨ ਕੀਤਾ ਭਾਵ, ਆਹ ਕੰਮ ਕਰੋ। ਪਰਮੇਸ਼ੁਰ ਦਾ ਨਾਮ ਸੁਣੋ, ਉਹਨੂੰ ਮੰਨੋ, ਮਨ ਵਿੱਚ ਭਾਓ, ਪ੍ਰੇਮ ਕਰੋ। ਇਹਦਾ ਫਾਇਦਾ ਕੀ ਹੋਵੇਗਾ? ਅੰਤਰਗਤ ਤੀਰਥ ਬੋਲੋ, ਸਾਡੇ ਅੰਦਰ ਵੀ ਇੱਕ ਤੀਰਥ ਹੈ, ਜਿਹੜੀ ਪਰਮਾਤਮਾ ਦੀ ਜੋਤ ਹੈ ਨਾ। ਮੈਂ ਬੋਲ ਰਿਹਾ,
ਤੁਸੀਂ ਸੁਣ ਰਹੇ ਹੋ, ਕਿਵੇਂ ਕਾਹਦੇ ਕਰਕੇ ਸੁਣ ਰਹੇ ਹੋ, ਜੋਤ ਕਰਕੇ, ਉਹ ਇੱਕ ਤੀਰਥ ਹੈ। ਜਿਸ ਦਿਨ ਅਸੀਂ ਸੁਣ ਕੇ ਮੰਨਾਂਗੇ, ਮੰਨ ਕੇ ਪ੍ਰੇਮ ਕਰਾਂਗੇ, ਅੰਤਰਗਤ ਤੀਰਥ ਮਲ ਨਹਾਓ, ਫਿਰ ਅੰਦਰਲੇ ਤੀਰਥ 'ਤੇ ਚਲੇ ਜਾਵਾਂਗੇ। ਲੋਕ ਕਹਿਣਗੇ ਕਿ ਇਹਨਾਂ ਨੇ ਜੀ ਆ ਦਾਨ ਕੀਤਾ, ਉਹ ਕਹਿੰਦਾ ਮੈਂ ਕਰਨ ਜੋਗਾ ਹੀ ਨਹੀਂ, ਜੇ ਮੇਰਾ ਵਾਹਿਗੁਰੂ ਨਾਮ ਦਿੰਦਾ ਤਾਂ ਮੈਂ ਕਿੱਥੋਂ ਕਰਦਾ। ਬਸ ਇਹ ਹੈ ਅੰਦਰਲੇ ਤੀਰਥ 'ਤੇ ਮਲ ਕੇ ਨਹਾਉਣਾ। ਅਤੇ ਜਿਹਨੂੰ ਇਹ ਸਮਝ ਆ ਜਾਏਗੀ ਉਹ ਫਿਰ ਕੀ ਆਖੇਗਾ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਹੁਣ ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ, ਇਹਦਾ ਕੀ ਅਰਥ ਹੈ, ਭਗਤੀ, ਇਹ ਬਹੁਤੇ ਭਗਤਾਂ ਦੀ ਗੱਲ ਨਹੀਂ, ਭਗਤੀ। ਜੇ ਪ੍ਰਭੂ ਤੁਸੀਂ ਕਿਰਪਾ ਨਾ ਕਰੋ ਅਸੀਂ ਭਗਤੀ ਕਰ ਹੀ ਨਹੀਂ ਸਕਦੇ, ਇਹ ਤੁਹਾਡੀ ਕਿਰਪਾ ਹੋ ਜਾਏ ਅਸੀਂ ਫਿਰ ਇਸ ਪਾਸੇ ਤੁਰ ਪਾਓ। ਫਿਰ ਧਿਆਨ ਦਿਓ, ਤੀਰਥ ਤਪ ਦਇਆ ਦਾ ਦਾਨ, ਜੇ ਕੋ ਪਾਵੇ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾ ਹੋ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਇਸ ਤੱਕ ਸਮਝ ਆ ਗਈ? ਫਿਰ ਮਹਾਰਾਜ ਕਹਿੰਦੇ ਜਿਹਨੂੰ ਇਹ ਸਮਝ ਆ ਜਾਏਗੀ ਉਹ ਪਤਾ ਕੀ ਕਹੇ, ਸਵਸਥ। ਇਹ ਅੱਖਰ ਜਿਹੜਾ ਨਾ, ਇਹ ਬਹੁਤੇ ਲੋਕਾਂ ਨੂੰ ਨਹੀਂ ਪਤਾ, ਪੜ੍ਹਦੇ ਤੁਸੀਂ ਵੀ ਹੋ, ਮੈਂ ਵੀ, ਇਹਦਾ ਅਰਥ ਹੈ ਸਵਸਥ। ਜਦੋਂ ਬ੍ਰਾਹਮਣ ਨੂੰ ਕੋਈ ਦਾਨ ਦਿੰਦਾ ਤਾਂ ਉਹ ਫਿਰ ਆਸ਼ੀਰਵਾਦ ਦਿੰਦਾ, ਸਵਸਥ ਰਹੋ, ਸੁਖੀ ਰਹੋ। ਤੁਸੀਂ ਆਖੋਗੇ ਅਸੀਂ ਕਿਹਨੂੰ ਬਈ, ਹੇ ਪਰਮਾਤਮਾ ਤੇਰੀ ਜੈ ਜੈਕਾਰ। ਸਵਸਥ ਦਾ ਮਤਲਬ ਹੈ ਤੇਰੀ ਜੈ ਜੈਕਾਰ। ਆਥ ਬਾਣੀ ਬਰਮਾਓ, ਆਥ ਕਹਿੰਦੇ ਨੇ ਮਾਇਆ ਨੂੰ, ਬਾਣੀ ਮੈਨਾ ਬਾਣੀ, ਬਰਮਾ ਮੈਨਾ ਬ੍ਰਹਮਾ। ਹੇ ਬਾਣੀ ਰੂਪ ਪਰਮਾਤਮਾ, ਹੇ ਮਾਇਆ ਰੂਪ ਪਰਮਾਤਮਾ, ਹੇ ਬ੍ਰਹਮਾ ਰੂਪ ਪਰਮਾਤਮਾ, ਤੇਰੀ ਸਦਾ ਹੀ ਸਵਸਥ। ਫਿਰ ਬੋਲੋ, ਆਥ ਬਾਣੀ ਬਰਮਾਓ, ਹੇ ਮਾਇਆ ਰੂਪ ਪਰਮਾਤਮਾ, ਮਾਇਆ ਵੀ ਉਹੀ ਹੈ, ਬਾਣੀ ਵੀ ਉਹੀ ਹੈ, ਬ੍ਰਹਮਾ ਵੀ। ਫਿਰ ਆਖਿਆ ਸਤ ਸੁਹਾਣ ਸਦਾ ਮਨ ਜਾਓ। ਹੁਣ ਸੱਤ ਦੇ ਤੱਤੇ ਨੂੰ ਸਿਆਰੀ ਹੈ, ਤੂੰ ਸਦਾ ਸੱਤ ਹੈ, ਸੁਹਾਣ ਦਾ ਮਤਲਬ ਤੂੰ ਸੋਹਣਾ ਹੈ, ਸਦਾ ਮਨ ਚਾਹੋ, ਤੇਰੇ ਮਨ ਵਿੱਚ ਸਦਾ ਹੀ ਚਾਹ। ਪਰਮਾਤਮਾ ਨੂੰ ਕਦੇ ਸਾਡੇ ਵਾਂਗੂ ਚਿੰਤਾ ਨਹੀਂ ਹੁੰਦੀ, ਕੌੜੀ ਡਾਣ ਦੀ ਲੋੜ ਨਹੀਂ, ਉਹਦਾ ਪ੍ਰਸੰਨ ਚਿੰਤਾ। ਹੁਣ ਅਗਲਾ ਸਵਾਲ ਮਹਾਰਾਜ ਨੇ, ਲੋਕ ਐਵੇਂ ਉੜਜੇ ਪਏ, ਕੋਈ ਆਉਂਦਾ ਜੀ ਰੱਬ ਨੇ ਦੁਨੀਆਂ ਕਦੋਂ ਬਣਾਈ, ਈਸਾਈ ਮਤ ਵਾਲਿਆਂ ਨੇ ਕਿਹਾ ਜੀ
ਰੱਬ ਨੇ 7 ਦਿਨ ਦੁਨੀਆ ਬਣਾਈ, ਫਿਰ ਉਹ ਥੱਕ ਗਿਆ, ਫਿਰ ਉਹਨੇ ਸੰਡੇ ਨੂੰ ਛੁੱਟੀ ਕਰ ਦਿੱਤੀ। ਉਹਨਾਂ ਦੀ ਇਹ ਥਿਊਰੀ ਹੈ, ਕਿਸੇ ਦੀ ਕੋਈ ਥਿਊਰੀ ਹੈ, ਕਿਸੇ ਦੀ ਕੋਈ ਥਿਊਰੀ। ਮਹਾਰਾਜ ਕਹਿੰਦੇ ਕਿਉਂ ਚੱਕਰ 'ਚ ਪੈਂਦੇ ਹੋ? ਹੁਣ ਇਹਦੇ 'ਚ ਦੋ ਅੱਖਰ ਨੇ, ਇੱਕ ਵੇਲਾ ਹੈ, ਇੱਕ ਵਕਤ ਹੈ। ਜਿਹੜੇ ਸਨਾਤਨੀ ਮਤ ਵਾਲੇ, ਹਿੰਦੂ ਮਤ, ਉਹ ਕਹਿਣਗੇ ਵੇਲਾ, ਅਤੇ ਜਿਹੜੇ ਮੁਸਲਮਾਨ ਵੀਰ ਨੇ ਉਹ ਕਹਿਣਗੇ ਵਕਤ। ਮੇਰੀ ਜੀ ਨਮਾਜ਼ ਦਾ ਵਕਤ ਹੋ ਗਿਆ। ਸਨਾਤਨੀ ਕਹਿਣਗੇ ਜੀ ਸਾਡੀ ਪੂਜਾ ਦਾ ਵੇਲਾ ਹੋ ਗਿਆ। ਲਓ ਇੱਥੋਂ ਗੱਲ ਸ਼ੁਰੂ ਹੋ ਜਾਏ। ਕਵਣ ਸੁਵੇਲਾ ਵਕਤ ਕਵਣ, ਦੋਵੇਂ ਆ ਗਏ। ਹਿੰਦੂ ਕਹਿੰਦਾ ਹੈ, ਸਨਾਤਨੀ ਕਹਿੰਦਾ ਹੈ ਕਿ ਵੇਲਾ ਕਿਹੜਾ ਸੀ, ਮੁਸਲਮਾਨ ਕਹਿੰਦਾ ਕਿ ਵਕਤ ਕਿਹੜਾ ਸੀ। ਕਵਣ ਸੁਵੇਲਾ ਵਕਤ ਕਵਣ, ਕਵਣ ਥਿੱਤ ਕਵਣ ਵਾਰ, ਕਿਹੜੀ ਥਿੱਤ ਸੀ ਅਤੇ ਕਿਹੜਾ ਵਾਰ ਸੀ ਜਦੋਂ ਰੱਬ ਨੇ ਦੁਨੀਆ ਬਣਾਈ। ਕਵਣ ਸੁਵੇਲਾ ਵਕਤ ਕਵਣ, ਕਵਣ ਥਿੱਤ ਕਵਣ ਵਾਰ, ਕਵਣ ਸਿਰਤੀ ਮਾਂ ਕਵਣ, ਗਿੱਤ ਹੋਆ ਆਕਾਰ। ਆਕਾਰ ਦਾ ਮਤਲਬ ਆ ਜੋ ਕੁਝ ਅਸੀਂ ਦੇਖਦੇ ਹਾਂ, ਰਚਨਾ। ਜਦੋਂ ਇਹ ਪਰਮਾਤਮਾ ਨੇ ਬਣਾਈ, ਉਹ ਵੇਲਾ ਕਿਹੜਾ ਸੀ, ਉਹ ਵਕਤ ਕਿਹੜਾ ਸੀ, ਉਹ ਥਿੱਤ ਕਿਹੜੀ ਸੀ, ਉਹ ਵਾਰ ਕਿਹੜਾ ਸੀ, ਉਹ ਰੁੱਤ ਕਿਹੜੀ ਸੀ, ਉਹ ਮਹੀਨਾ ਕਿਹੜਾ। ਲੋਕ ਇੱਥੇ ਉਲਝੇ ਹੋਏ। ਗੁਰੂ ਨਾਨਕ ਪਾਤਸ਼ਾਹ ਇਸ ਗੁੰਝਲ ਨੂੰ ਖੋਲ੍ਹਦੇ। ਫਿਰ ਪੜ੍ਹੋ, ਕਵਣ ਸੁਵੇਲਾ ਵਕਤ ਕਵਣ, ਕਵਣ ਥਿੱਤ ਕਵਣ ਵਾਰ, ਕਵਣ ਸਿਰੁਤੀ ਮਾਂ ਕਵਣ, ਜਿੱਤ ਹੋਆ ਆਕਾਰ। ਫਿਰ ਪਾਤਸ਼ਾਹ ਕਹਿੰਦੇ ਵੇਲ ਨਾ ਪਾਈਆ ਪੰਡਤੀ, ਇਹਨੂੰ ਪਾਈਆ ਬੁਣਨਾ, ਪਾਇਆ ਨਹੀਂ ਕਹਿਣਾ। ਨਾ ਤਾਂ ਪੰਡਤਾਂ ਨੂੰ ਉਸ ਵੇਲੇ ਦਾ ਪਤਾ ਲੱਗਾ, ਜੇ ਪਤਾ ਲੱਗਦਾ, ਜੇ ਹੋਵੇ ਲੇਖ ਪੁਰਾਣ, 18 ਪੁਰਾਣ ਹਨ, ਇੱਕ ਹੋਰ ਪੁਰਾਣ ਲਿਖ ਦਿੰਦੇ, ਪਰ ਉਹਨਾਂ ਨੂੰ ਪਤਾ ਕੋਈ ਨਹੀਂ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਪੁਰਾਣ। ਜਿਹੜੇ ਕਾਜ਼ੀ ਨੇ, ਇੱਕ ਹੋਵੇ ਤੇ ਕਾਜ਼ੀ, ਬਹੁ ਵਚਨ ਹੋਵੇ ਤੇ ਕਾਜ਼ੀਆਂ, ਕਾਜ਼ੀਆਂ ਨੂੰ ਵੀ ਉਸ ਵਕਤ ਦਾ ਪਤਾ ਨਹੀਂ ਲੱਗਿਆ। ਜੇ ਪਤਾ ਲੱਗ ਜਾਂਦਾ, ਉਹ ਫਿਰ ਕੁਰਾਨ ਸ਼ਰੀਫ 'ਚ ਲਿਖ ਦਿੰਦਾ ਵੀ ਇਸ ਵੇਲੇ ਰੱਬ ਨੇ ਦੁਨੀਆ ਬਣਾਈ। ਥਿੱਤ ਵਾਰ ਨਾ ਜੋਗੀ ਜਾਣੇ, ਜੋਗੀ ਵੀ ਨਹੀਂ ਜਾਣਦੇ ਕਿ ਉਹ ਥਿੱਤ ਕਿਹੜੀ ਸੀ, ਉਹ ਵਾਰ ਕਿਹੜਾ ਸੀ। ਰੁੱਤ ਮਾਂ ਨਾ ਕੋਈ, ਕਿਹੜੀ ਰੁੱਤ ਵਿੱਚ ਪਰਮਾਤਮਾ ਨੇ ਇਹ ਸੰਸਾਰ ਬਣਾਇਆ, ਕਿਹੜੇ ਮਹੀਨੇ 'ਚ ਬਣਾਇਆ। ਹੁਣ ਮਹਾਰਾਜ ਆਪਣਾ ਫੈਸਲਾ ਦੇਣ ਲੱਗੇ, ਕਹਿੰਦੇ ਕਿਉਂ ਉਲਝਦੇ ਹੋ ਤੁਸੀਂ, ਕਿਉਂ ਮਗਜ ਪੱਚੀ ਕਰਦੇ ਹੋ, ਜਾਂ ਕਰਤਾ ਸਿਰਜੀ ਕੋ ਸਾਂਝੇ,
ਸ੍ਰਿਸ਼ਟੀ ਨਹੀਂ ਕਹਿਣਾ, ਪੜ੍ਹਨਾ ਸ੍ਰਿਸ਼ਟੀ ਹੈ, ਅਰਥ ਸ੍ਰਿਸ਼ਟੀ ਦਾ। ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਦੇਖੋ ਨਾ, ਜਿਹੜੀ ਗੱਲ ਦਾ ਸਾਡਾ ਕੋਈ ਮਤਲਬ ਹੀ ਨਹੀਂ, ਐਵੇਂ ਮਗਜ ਪਤੀ ਮਾਤਾ ਪਿਤਾ ਨੂੰ ਕੋਈ ਸਮੱਸਿਆ ਕਰਨਾ ਹੱਲ, ਬੱਚੇ ਆਪਣਾ ਮੌਜ ਲਓ। ਇਹ ਪਰਮਾਤਮਾ ਦਾ ਕੰਮ ਹੈ ਕਿ ਜਦੋਂ ਉਹਨੇ ਸ੍ਰਿਸ਼ਟੀ ਬਣਾਈ, ਕਦੋਂ ਬਣਾਈ, ਕਿਵੇਂ ਬਣਾਈ, ਅਸੀਂ ਕੀ ਕਰਾਂਗੇ। ਮਹਾਰਾਜ ਕਹਿੰਦੇ ਤੁਸੀਂ ਝੰਝਟ ਲਾ ਦਿਓ। ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਹੁਣ ਮਹਾਰਾਜ ਕਹਿੰਦੇ ਮੇਰੀ ਕੀ ਸਮਰੱਥ ਹੈ, ਕਿਵ ਕਰ ਆਖਾਂ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਸਭ ਕਹੀ ਜਾਂਦੇ ਨੇ। ਕਿਸੇ ਨੂੰ ਪੁੱਛ ਕੇ ਵੇਖੋ, ਜਿਵੇਂ ਮੈਂ ਈਸਾਈ ਮੱਤ ਵਾਲਿਆਂ ਦੀ ਗੱਲ ਕੀਤੀ, ਉਹ ਆਖਦੇ ਜੀ ਰੱਬ ਨੇ 7 ਦਿਨ ਦੁਨੀਆ ਬਣਾਈ, ਫਿਰ ਉਹ ਥੱਕ ਗਿਆ, ਫਿਰ ਉਹਨੇ ਸੰਡੇ ਛੁੱਟੀ ਕਰ ਦਿੱਤੀ। ਇੱਕ ਮਨੌਤ ਹੈ ਉਹਨਾਂ ਦੀ। ਆਪਾਂ ਕਿਸੇ ਨੂੰ ਗਲਤ ਜਾਂ ਠੀਕ ਨਹੀਂ ਕਹਿੰਦੇ, ਮਹਾਰਾਜ ਕਹਿੰਦੇ ਪਤਾ ਕਿਸੇ ਨੂੰ ਵੀ ਨਹੀਂ ਹੈ। ਨਾਨਕ ਆਖਣ ਸਭ ਕੋ ਆਖ, ਕਹਿਣ ਨੂੰ ਸਭ ਕਹਿ ਰਹੇ, ਔਰ ਹਰ ਕੋਈ ਦਾਅਵਾ ਕਰਦਾ ਕਿ ਜੋ ਮੈਂ ਕਹਿ ਰਿਹਾ ਉਹ ਠੀਕ। ਮਹਾਰਾਜ ਕਹਿੰਦੇ ਸੁਣੋ, ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ। ਸਾਹਿਬ ਬਹੁਤ ਵੱਡਾ ਹੈ, ਉਹਦੀ ਵਡਿਆਈ ਵੀ ਬਹੁਤ ਵੱਡੀ। ਕੀਤਾ ਜਾ ਕਾ, ਜਿਹਦਾ ਕੀਤਾ ਸਭ ਕੁਝ ਹੋ ਰਿਹਾ। ਪਰ ਜੇ ਕੋਈ ਸਾਡੇ ਵਿੱਚੋਂ ਮੂਰਖ ਬੰਦਾ ਇਹ ਕਹੇ ਕਿ ਜੀ ਮੈਂ ਦੱਸਾਂਗਾ, ਮਹਾਰਾਜ ਕਹਿੰਦੇ ਉਹ ਮੂਰਖ ਹੈ। ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ। ਦੇਖੋ ਨਾ, ਗੁਰੂ ਸਾਹਿਬ ਨੇ ਫੈਸਲਾ ਕਰ ਦਿੱਤਾ, ਪਿਤਾ ਕਾ ਜਨਮ ਕੇ ਜਾਣੇ ਪੂਤ। ਜੇ ਕੋਈ ਪੁੱਤਰ ਨੂੰ ਪੁੱਛੇ, ਬੱਚੇ ਨੂੰ ਪੁੱਛੇ, ਤੇਰੇ ਪਿਓ ਦਾ ਬਰਥਡੇ ਕਦੋਂ, ਜੰਮਿਆ ਕਦੋਂ ਤੇਰਾ ਪਿਓ, ਉਹ ਕੀ ਦੱਸੇ? ਉਹ ਆਂਦਾ ਮੈਂ ਤਾਂ ਬਾਅਦ 'ਚ ਜੰਮਿਆ, ਮੈਨੂੰ ਕੀ ਪਤਾ। ਪਿਤਾ ਕਾ ਜਨਮ ਕੇ ਜਾਣੇ ਸਗਲ ਪਰੋਈ ਆਪਣੇ, ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਨ ਹੈ। ਇਸ ਲਈ ਅਸੀਂ ਇਸ ਚੱਕਰ 'ਚ ਨਹੀਂ ਪੈ, ਫਿਰ ਰੱਬ ਨੇ ਜੀ ਕਦੋਂ ਦੁਨੀਆ ਬਣਾਈ, ਕਿਹੜੇ ਵੇਲੇ ਬਣਾਈ, ਕਿੱਥੇ ਬਣਾਈ। ਹੁਣ ਇਹ ਪੌੜੀ ਲੰਬੀ ਹੈ ਅਤੇ ਬਹੁਤ ਡੂੰਘੀ ਹੈ, ਇੱਕ ਵਾਰੀ ਫਿਰ ਪੜ੍ਹੋ। ਤੀਰਥ ਤਪ ਦਇਆ ਦਾ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾ ਹੋ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ
ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਮਣ ਸੁਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰ ਉੱਤੀ ਮਾਂ ਕਮਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਦੇ ਕੁਰਾਨ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਸਮਝ ਆ ਗਈ ਜੀ। ਅੱਗੇ ਮਹਾਰਾਜ ਕਹਿੰਦੇ ਭਾਈ ਅਸੀਂ ਕੁਝ ਇਸ ਬਾਰੇ ਕਹਿਣਾ ਨਹੀਂ ਕਿਉਂਕਿ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਵਡਿਆਈ ਉਹ ਸਾਹਿਬ ਵੱਡਾ ਹੈ ਉਹਦੀ ਵਡਿਆਈ ਵੀ ਬਹੁਤ ਵੱਡੀ ਕਿਉਂਕਿ ਉਹਦਾ ਕੀਤਾ ਹੀ ਸਭ ਕੁਝ ਹੋ ਰਿਹਾ ਸਾਡਾ ਤੁਹਾਡਾ ਕਰਤਾ ਕੁਝ ਨਹੀਂ ਹੋ ਸਕਦਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਜੇ ਕੋ ਕਹੇ ਜੀ ਮੈਂ ਜਾਣਦਾ ਅੱਗੇ ਗਿਆ ਨਾ ਸੋਹੇ ਦੇਖੋ ਨਾ ਅੱਜ ਕੱਲ੍ਹ ਗੱਲ ਕਦੋਂ ਵਿਗੜਦੀ ਜਦੋਂ ਬੱਚੇ ਕਹਿ ਦਿੰਦੇ ਨੇ ਪਾਪਾ ਤੁਹਾਨੂੰ ਕੀ ਪਤਾ ਮੰਮੀ ਤੁਸੀਂ ਕੀ ਜਾਣਦੇ ਫਿਰ ਮਾਂ ਪਿਓ ਵੀ ਕਹਿੰਦੇ ਜਾ ਦਫਾ ਹੋ ਜੋ ਮਰਜ਼ੀ ਕਰ ਐਸਾ ਨਹੀਂ ਕਹਿਣਾ ਚਾਹੀਦਾ ਜੋ ਵੱਡਿਆਂ ਦਾ ਸਥਾਨ ਹੈ ਵੱਡਿਆਂ ਨੂੰ ਰਹਿਣ ਦਿਓ ਰੱਬ ਵੱਡਾ ਹੈ ਉਹਦੀਆਂ ਉਹਨੂੰ ਪਤਾ ਨਹੀਂ ਅਸੀਂ ਰੋਜ਼ ਕਹਿੰਦੇ ਤੁਮਰੀ ਗੱਤ ਮਿੱਤ ਬਸ ਇਹ ਤੁਸੀਂ ਜਾਣਦੇ ਹੋ ਅਸੀਂ ਇਹਦੇ 'ਚ ਕਿਉਂ ਝੰਝਟ 'ਚ ਪੈਣਾ ਇਹ ਝੰਝਟ ਹੈ ਅਸੀਂ ਤਾਂ ਤੇਰੀ ਰਜ਼ਾ ਵਿੱਚ ਚੱਲਾਂਗੇ ਬਸ ਜਿਵੇਂ ਪਿਤਾ ਜੀ ਕਹੋਗੇ ਜਿਵੇਂ ਮਾਤਾ ਜੀ ਕਹੋ ਅਸੀਂ ਉਵੇਂ ਹੀ ਕਰ ਝਗੜਾ ਮੁੱਕੇ ਨਾ ਪਰ ਜੇ ਕੋਈ ਗੁਸਤਾਖੀ ਕਰੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਚਲੀਏ ਜੀ ਅੱਗੇ ਪਾਤਾਲਾ ਪਾਤਾਲ ਲੱਖ ਇਕੱਠੇ ਬੋਲੋ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਪਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ ਇਹਨੂੰ ਅਠਾਰਾਂ ਨਹੀਂ ਕਹਿਣਾ ਇਹ ਗਿਣਤੀ ਦਾ ਸ਼ਬਦ ਹੈ ਜਦੋਂ ਤੁਸੀਂ ਅਠਾਰਾਂ ਕਹੋਗੇ ਤਾਂ ਅਠਾਰਾਂ ਕਹੋਗੇ ਕਿ ਅਠਾਰਾਂ ਕਹੋਗੇ ਜਦੋਂ ਹਾਹਾ ਮੁਕਤਾ ਹੋਵੇ ਇਹ ਕੰਨੇ ਵੱਲ ਜਾਏ ਜਦੋਂ ਇਹ ਕਿਰਿਆ ਹੋਵੇ ਫਿਰ ਇਹ ਲਾਂ ਵੱਲ ਜਾਏਗਾ
ਸਹਿਜ 18 ਕਹਿਮ ਕਤੇਬਾਂ ਅਸਲੂ ਇੱਕ ਤਾਪ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਦੇਖੋ ਕਿੱਸਾ ਮਹਾਰਾਜ, ਜਿਵੇਂ ਤੁਸੀਂ ਬੱਚੇ ਨੂੰ ਉਂਗਲ ਫੜ ਕੇ ਸਿਖਾਉਂਦੇ ਹੋ ਤੁਰਨਾ, ਇਉਂ ਸਿਖਾਉਂਦੇ, ਪਰ ਅਸੀਂ ਧਿਆਨ ਨਹੀਂ ਦਿੰਦੇ। ਅਸੀਂ ਕਹਿੰਦੇ ਸਾਨੂੰ ਪੜ੍ਹ ਲਿਆ ਜੀ ਜਪੁਜੀ ਸਾਹਿਬ। ਅਰੇ ਪੜ੍ਹ ਕੇ ਕੀ ਕਰੋ ਜੇ ਸਮਝਣਾ ਆਈ ਤਾਂ। ਹੁਣ ਮਹਾਰਾਜ ਕਹਿੰਦੇ ਨੇ ਵੀ ਅਸੀਂ ਉਹਦਾ ਅੰਤ ਪਾ ਹੀ ਨਹੀਂ ਸਕਦੇ। ਪਾ ਤਾਲਾ ਪਾ ਤਾਲ ਲੱਖ, ਇਹ ਜਿਹੜਾ ਲੱਖ ਹੈ ਇਹ ਦਿੱਲੀ ਦੀਪਕ ਹੈ। ਦਿੱਲੀ ਦੀਪਕ ਦੱਸਿਆ ਸੀ ਵੀ ਦਰਵਾਜ਼ੇ ਦੀ ਦਹਿਲੀਜ 'ਤੇ ਜਿਹੜਾ ਦੀਵਾ ਰੱਖੋ ਉਹ ਅੰਦਰ ਵੀ ਰੋਸ਼ਨੀ ਕਰਦਾ। ਪਾ ਭਾਵ ਲੱਖਾਂ ਹੀ ਪਤਾਲ ਹਨ, ਲੱਖਾਂ ਹੀ ਆਕਾਸ਼। ਫਿਰ ਬੋਲੋ ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਦੇਖੋ ਸਾਇੰਸ ਵਾਲੇ ਅੱਜ ਦੱਸ ਰਹੇ ਨੇ ਵੀ ਕਿੰਨੇ ਅਸਮਾਨ ਨੇ ਕਿੰਨੇ ਥਲੇ, ਪਰ ਬਾਬੇ ਨਾਨਕ ਨੇ ਉਹਦੀ ਬੇਅੰਤਤਾ ਦਾ ਜ਼ਿਕਰ ਕੀਤਾ ਕਿ ਲੱਖਾਂ ਪਤਾਲ ਲੱਖਾਂ ਓੜਕ ਓੜਕ ਪਾਲ ਤੱਕੇ। ਓੜਕ ਦਾ ਮਤਲਬ ਹੁੰਦਾ ਅਖੀਰ, ਲੱਭਦੇ ਲੱਭਦੇ ਲੋਕ ਥੱਕ ਗਏ। ਵੇਦ ਕਹਿਣ ਇੱਕ ਵਾਰ, ਹੁਣ ਸਨਾਤਨ ਮਤ ਦੇ ਸਭ ਤੋਂ ਉੱਤਮ ਗ੍ਰੰਥ ਵੇਦ ਆ। ਸਾਰੇ ਵੇਦ ਵੀ ਇਹੀ ਕਹਿ ਰਹੇ, ਇੱਕ ਜਵਾਨ ਹੋ ਕੇ ਵੀ ਜੀ ਨੇਤ ਨੇਤ ਬੇਅੰਤ ਬੇਅੰਤ ਪਰਮਾਤਮਾ ਬੇਅੰਤ ਸਾਹਸ 18 ਕਹਿਣ ਕਤੇਬਾਂ। ਜਿੱਥੇ ਵੇਦਾਂ ਦੀ ਗੱਲ ਆਈ ਹੈ ਨਾਲ ਕਤੇਬਾਂ ਦੀ ਵੀ ਆਈ। ਸਨਾਤਨ ਮਤ ਦੇ ਸਭ ਤੋਂ ਉੱਤਮ ਧਾਰਮਿਕ ਗ੍ਰੰਥ ਵੇਦ ਹਨ, ਇਸਲਾਮ ਮਤ ਦੇ ਕਤੇਬ ਹਨ। ਉਹਨਾਂ ਦੀ ਕੀ ਰਾਏ ਹੈ? ਉਹ ਕਹਿੰਦੇ ਜੀ 18,000 ਆਲਮ ਹੈ ਇਸਲਾਮ ਮਤ ਵਾਲੇ, 18,000 ਆਲਮ ਕਹਿੰਦੇ ਦੁਨੀਆ। ਸਹਿਜ 18 ਕਹਿਣ ਕਤੇਬ। ਮਹਾਰਾਜ ਕਹਿੰਦੇ ਅਸਲੂ ਇੱਕ ਤਾਤ, ਅਸਲੂ ਦਾ ਮਤਲਬ ਅਸਲ ਵਿੱਚ ਸਾਰੀ ਸੰਸਾਰ ਦਾ ਸ੍ਰਿਸ਼ਟੀ ਦਾ ਮੁੱਢ ਤੇ ਪ੍ਰਭਾਵ, ਚਾਹੇ ਉਹ 18,000 ਨੇ ਅਤੇ ਚਾਹੇ 14,000 ਨੇ ਪੱਕੀ ਨੇ। ਫਿਰ ਮਹਾਰਾਜ ਫੈਸਲਾ ਦਿੰਦੇ ਪਿਆਰਿਓ, ਲਿਖਾ ਹੋਏ ਤਾਂ ਲਿਖੀ ਹੈ, ਲੇਖਾ ਜਿੱਥੇ ਹੋ ਸਕਦਾ ਹੋਵੇ ਫਿਰ ਤਾਂ ਲਿਖੀ ਹੈ। ਦੇਖੋ ਨਾ ਤੁਸੀਂ ਏਕੇ ਦੇ ਨਾਲ ਸਿਫਰ ਲਾਉਂਦੇ ਹੋ, 10, 2 ਲਾਈਨ 100 ਲਿਖੀ ਜਾਓ, ਆਖਰ ਸਿਫਰ ਹੀ ਮੁੱਕ ਜਾਣਗੇ, ਲਿਖਣ ਵਾਲੇ ਹੀ ਮੁੱਕ ਜਾਣ। ਲੇਖਾ ਹੋਏ ਤਾਂ ਲਿਖੀ ਹੈ, ਲਿਖੇ ਹੋਏ ਵਿਨਾਸ਼। ਮਹਾਰਾਜ ਕੀ ਕਰੀਏ? ਆਉਂਦੇ ਨੇ ਆ ਕਰ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਗੱਲ ਇਹ ਉਹਨੂੰ ਪਤਾ ਕਿੰਨਾ ਵੱਡਾ,
ਅਸੀਂ ਆਪਣਾ ਟਾਈਮ ਗਵਾਈਏ, ਦਿਮਾਗ ਲਾਈਏ, ਫਿਰ ਇੱਕ ਦੂਜੇ ਨਾਲ ਚੁੰਝ ਗਿਆਨ ਕਰੀਏ, ਉਹ ਆ ਕੇ ਠੀਕ ਹੈ ਉਹ ਨਾ। ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ। ਜਦੋਂ ਸਾਨੂੰ ਕੋਈ ਗੱਲ ਨਾ ਸਮਝ ਆਏ ਫਿਰ ਅਸੀਂ ਆਖਦੇ ਤੁਸੀਂ ਜਾਣੋ, ਤੁਮਰੀ ਗੱਤ ਮਿੱਤ, ਤੁਮਰੀ ਨਹੀਂ ਤੁਮ ਹੀ। ਇਹ ਵੀ ਗਲਤ ਪੱਕ ਗਿਆ ਸਾਨੂੰ, ਅਸੀਂ ਤੁਮਰੀ ਗੱਲ ਤੁਮਰੀ ਕਹੀ ਜਾਂਦੇ, ਤੁਮਰੀ ਗੱਤ ਮਿੱਤ ਤੁਮ ਹੀ ਜਾਣੋ। ਨਾਨਕ ਦਾਸ ਅਜੇ ਤੱਕ ਕੁਰਬਾਨ ਜਾਣ ਵਾਲੇ, ਅਸੀਂ ਤੁਹਾਡੀ ਗੱਤ ਮਿੱਤੀ ਨਹੀਂ ਜਾਣ ਸਕਦੇ। ਚਲੀਏ ਜੀ ਅੱਗੇ, ਮੈਂ ਇਸ ਲਈ ਪੁੱਛ ਲੈਂਦਾ ਵੀ ਤੁਹਾਨੂੰ ਕਿਸੇ ਨੂੰ ਨਾ ਸਮਝ ਆਈ ਹੋਵੇ, ਹੁਣ ਸਮਝ ਲਓ, ਫਿਰ ਸਮਝੋਗੇ, ਟਾਈਮ ਲੱਗੇਗਾ, ਹੁਣ ਨਾਲ ਦੀ ਨਾਲ ਸਮਝੋ। ਅੱਗੇ ਹੁਣ ਮਹਾਰਾਜ ਬੜੀ ਡੂੰਘੀ ਗੱਲ ਕਰਦੇ, ਕਹਿੰਦੇ ਕਿਉਂ ਨਹੀਂ ਸਮਝ ਆਉਂਦੀ, ਆਓ ਮੈਂ ਦੱਸਾਂਗਾ। ਸਾ ਲਾ ਹੀ ਸਾ ਲਾ ਇਤੀ ਸੁਰਤ ਨਾ ਪਾਈਆ, ਨਦੀਆਂ ਅਤੇ ਫਾ ਪਵੇ ਸਮੁੰਦ। ਇਹਨੂੰ ਪਵੇ ਨਹੀਂ ਕਹਿਣਾ, ਪਵੇ ਪੱਪਾ ਬੱਬਾ ਹੈ ਇਹਨੂੰ ਹਿੱਸਿਆ, ਪਵੇ ਨਦੀਆਂ ਅਤੇ ਵਾ ਪਵੇ ਸਮੁੰਦ। ਨਾ ਜਾਣੀਏ ਸਮੁੰਦ ਸ਼ਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਮਨੀ ਜੇ ਤਿਸ ਮਨੋ ਨਵੀਸਰੈ। ਬਹੁਤ ਬਰੀਕੀ ਵਾਲੀ ਗੱਲ ਹੈ, ਆਖਿਆ ਸਾਲਾ ਹੀ ਸਾਲਾ, ਜਿਹੜੇ ਸਲਾਹਣ ਵਾਲੇ ਹਨ ਉਹ ਪਰਮਾਤਮਾ ਨੂੰ ਸਲਾਹੁੰਦੇ ਹਨ। ਵਾਹ 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 ਵਾਹ, ਬੇਅੰਤ ਬੇਅੰਤ। ਪਰ ਇਤੀ ਸੁਰਤ ਨਾ ਪਾਈਆ, ਇਤੀ ਮਤਲਬ ਇਤਨੀ ਸੁਰਤ ਸੋਝੀ ਉਹਨਾਂ ਨੂੰ ਨਹੀਂ ਆਈ ਕਿ ਉਹ ਦੱਸ ਸਕਣ ਰੱਬ ਕਿੱਡਾ ਵੱਡਾ। ਸੁਣਾਉਂਦੇ ਹਨ, ਸੁਣਾਉਣਾ ਚਾਹੀਦਾ, ਪਰ ਇਤੀ ਸੁਰਤ ਨਾ ਪਾਈ, ਇੰਨੀ ਸੋਝੀ ਨਹੀਂ ਪਈ ਕਿਉਂ ਦੱਸ ਸਕਣ ਪਰਮਾਤਮਾ ਕਿੱਡਾ ਵੱਡਾ। ਕਿਉਂ ਮਹਾਰਾਜ ਕਹਿੰਦੇ ਇਸ ਲਈ ਨਦੀਆਂ ਅਤੇ ਵਾ, ਨਦੀਆਂ ਕਹਿੰਦੇ ਨੇ ਵੱਡੇ ਦਰਿਆਵਾਂ ਨੂੰ, ਵਾ ਕਹਿੰਦੇ ਨੇ ਛੋਟੇ ਨਾਲਿਆਂ ਨੂੰ। ਇਹ ਤਾਂ ਤੁਸੀਂ ਮੰਨਦੇ ਹੋ ਨਾ ਕਿ ਛੋਟੇ ਨਾਲੇ ਰਲ ਕੇ ਦਰਿਆ ਬਣਦੇ ਨੇ, ਅਤੇ ਦਰਿਆ ਬਣ ਕੇ ਫਿਰ ਕਿੱਥੇ ਜਾਂਦੇ ਨੇ, ਸਮੁੰਦਰ ਵਿੱਚ। ਭਵੇਂ ਸਮੁੰਦਰ, ਸਮੁੰਦਰ ਦੱਦੇ ਨੂੰ ਸਿਆਰੀ ਹੈ, ਸਿਆਰੀ ਲੱਗਣਾ ਕਿਉਂ, ਸਮੁੰਦਰ ਵਿੱਚ ਨਦੀਆਂ ਅਤੇ ਵਾਹ ਭਵੇਂ ਸਮੁੰਦਰ। ਜਿਵੇਂ ਨਦੀਆਂ ਅਤੇ ਨਾਲੇ ਚੱਲਦੇ ਚੱਲਦੇ ਸਮੁੰਦਰ ਵਿੱਚ ਆ ਪੈਂਦੇ, ਹੁਣ ਉਹ ਕੀ ਬਣ ਗਿਆ ਜੀ, ਸਮੁੰਦਰ। ਕਦੇ ਉਹਨਾਂ ਨੇ ਬਾਹਰ ਆ ਕੇ ਦੱਸਿਆ ਵੀ ਸਮੁੰਦਰ ਕਿੱਡਾ ਵੱਡਾ, ਉਹ ਦੱਸ ਹੀ ਨਹੀਂ ਸਕਦੇ, ਹੁਣ ਉਹ ਸਮੁੰਦਰ ਬਣ ਗਿਆ।
ਆਖਿਆ ਪਰਮਾਤਮਾ ਦੀ ਸਿਫਤਸਲਾਹ ਕਰਦਿਆਂ ਕਰਦਿਆਂ ਜਿਹੜੇ ਪਰਮੇਸ਼ੁਰ ਦਾ ਰੂਪ ਬਣ ਗਏ ਉਹ ਕਿਵੇਂ ਦੱਸਣਗੇ? ਜਿਉਂ ਜਲ ਮੈਂ ਜਲ ਆਏ ਜਿਉਂ ਜੋਤੀ ਸਨ ਮਿਟ ਗਏ ਗਮਨ ਨਾਨਕ ਪ੍ਰਭ ਕਹਿ ਸਮਝਾ ਗਈ। ਫਿਰ ਪੜ੍ਹੋ ਸਾਲਾ ਹੀ ਤਾਲਾ ਏਤੀ ਸੁਰਤ ਨਾ ਪਾਈਆ ਕਿਵੇਂ ਨਦੀਆਂ ਅਤੈ ਵਾ ਭਵੇਂ ਸਮੁੰਦਰ ਨਾ ਜਾਣੀਏ। ਹੁਣ ਮਹਾਰਾਜ ਕਹਿੰਦੇ ਸਾਡਾ ਕੰਮ ਜਿਹੜਾ ਹੈ ਉਹ ਹੈ ਪਰਮਾਤਮਾ ਨੂੰ ਯਾਦ ਰੱਖਣਾ ਬਸ। ਅਸੀਂ ਇਹਨਾਂ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਪੈਣਾ। ਇਸੇ ਲਈ ਮਹਾਰਾਜ ਨੇ ਨਿਚੋੜ ਕੱਢ ਕੀਤਾ ਕਿ ਭਈ ਪ੍ਰਾਪਤ ਮਾਨੁਖ ਗੋਬਿੰਦ ਮਿਲਣ ਕੀ। ਸਾਡਾ ਕੰਮ ਗਿਣਤੀਆਂ ਮਿਣਤੀਆਂ ਕਰਨਾ ਬਸ, ਉੱਠਦਿਆਂ ਵੀ ਬਹਿੰਦਿਆਂ ਵੀ ਤੁਰਦਿਆਂ ਵੀ ਵਾਹਿਗੁਰੂ ਤੇਰਾ ਜੀ। ਉਹਦੀ ਯਾਦ ਵਿੱਚ ਰਹਿਣਾ ਬੜਾ ਜ਼ਰੂਰੀ ਹੈ। ਇਹ ਸਾਨੂੰ ਅਹੰਕਾਰ ਤੋਂ ਬਚਾਉਂਦਾ, ਇਹ ਸਾਨੂੰ ਵੱਖਰੇਪਨ ਤੋਂ ਬਚਾਉਂਦਾ। ਅਗਲੀ ਪੰਕਤੀ 'ਚ ਬੜੀ ਕਮਾਲ ਦੀ ਗੱਲ ਕਹੀ, ਸਮੁੰਦਰ ਸ਼ਾਹ ਸੁਲਤਾਨ। ਦੇਖੋ ਪਹਿਲੇ ਸਮੁੰਦਰ ਦੱਦੇ ਨੂੰ ਸਿਆਰੀ ਸੀ, ਇੱਥੇ ਸਮੁੰਦਰ ਦੱਦਾ ਮੁਕਤਾ ਹੈ। ਇਹ ਬਹੁਤੇ ਸਮੁੰਦਰਾਂ ਦੀ ਗੱਲ ਹੈ। ਜੇ ਕੋਈ ਸੱਤਾ ਸਮੁੰਦਰਾਂ ਦਾ ਸ਼ਾਹ ਹੋ ਜਾਏ, ਜਿਵੇਂ ਕਹਿੰਦੇ ਨੇ ਬਜ਼ੁਰਗ ਵੀ ਅੰਗਰੇਜ਼ਾਂ ਦੇ ਟਾਈਮ ਵਿੱਚ ਸੂਰਜ ਨਹੀਂ ਸੀ ਛਿਪਦਾ ਉਹਨਾਂ ਦੇ ਰਾਜ ਵਿੱਚ, ਮਤਲਬ ਕੀ ਸੀ ਕਿ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੀਕਰ ਉਹਨਾਂ ਦਾ ਰਾਜ ਸੀਗਾ। ਜੇ ਕੋਈ ਏਡਾ ਵੱਡਾ ਬਾਦਸ਼ਾਹ ਹੋ ਜਾਏ, ਭਾਵ ਉਹਦੀ ਰਾਜ ਹੱਥ ਦੇ ਅੰਦਰ ਸੱਤ ਸਮੁੰਦਰ ਕਹੇ ਜਾਣ, ਸਾਰੇ ਹੀ ਉਹਦੇ ਅਧੀਨ ਹੋ ਜਾਣ। ਸਮੁੰਦਰ ਸ਼ਾਹ ਸੁਲਤਾਨ, ਸੁਲਤਾਨ ਕਿਹਨੂੰ ਕਹਿੰਦੇ ਨੇ? ਬਾਦਸ਼ਾਹ। ਜੇ ਕੋਈ ਸੱਤਾ ਸਮੁੰਦਰਾਂ ਦਾ ਬਾਦਸ਼ਾਹ ਹੋ ਜਾਏ, ਗਿਰਹਾ ਸੇਤੀ ਮਾਲ ਤਨ, ਗਿਰਾ ਕਹਿੰਦੇ ਨੇ ਪਹਾੜਾਂ ਨੂੰ, ਪਹਾੜਾਂ ਜਿੰਨੀ ਉਹਦੇ ਕੋਲ ਦੌਲਤ ਹੋ ਜਾਏ। ਦੇਖੋ ਨਾ, ਜਦੋਂ ਕਿਸੇ ਚੀਜ਼ ਦਾ ਢੇਰ ਲੱਗਾ ਹੋਵੇ ਤੁਸੀਂ ਕੀ ਕਹਿੰਦੇ ਹੋ? ਪਹਾੜ ਹੈ, ਰੇਤਾ ਲਿਆ ਹੋਵੇ ਰੇਤੇ ਦਾ ਪਹਾੜ ਹੈ। ਆਹ ਤੁਹਾਡੇ ਕਿੰਨੇ ਪਹਾੜ ਨੇ ਇੱਥੇ? ਪੱਥਰਾਂ ਦੇ ਪਹਾੜ ਨੇ। ਪਹਾੜ ਦਾ ਮਤਲਬ ਹੈ ਬਹੁਤ ਜ਼ਿਆਦਾ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਕੋਈ ਸੱਤਾਂ ਸਮੁੰਦਰਾਂ ਦਾ ਸ਼ਾਹ ਹੈ, ਜੇ ਕਿਸੇ ਕੋਲ ਪਹਾੜਾਂ ਜਿੰਨੀ ਦੌਲਤ ਹੋ ਜਾਏ, ਕੀੜੀ ਤੁਲ ਨਾ ਹੋ ਮਨੀ। ਹੁਣ ਸਭ ਤੋਂ ਛੋਟੀ ਤਾਂ ਕੀੜੀ ਹੈ, ਮਹਾਰਾਜ ਕਹਿੰਦੇ ਉਹ ਕੀੜੀ ਦੇ ਬਰਾਬਰ ਵੀ ਨਹੀਂ। ਤਥਾ ਉਹ ਕੀੜੀ ਸਭ ਤੋਂ ਵੱਡੀ ਹੈ, ਜੇ ਤਿਸ ਮਨੋ ਨ ਵੀਸਰੈ, ਵੀਸਰੈ ਵੀਸਰੈ ਨਹੀਂ ਵੀਸਰੈ। ਹੇ ਵਾਹਿਗੁਰੂ, ਉਹ ਕੀੜੀ ਉਸ ਸੱਤਾਂ ਸਮੁੰਦਰਾਂ ਦੇ ਬਾਦਸ਼ਾਹ ਨਾਲੋਂ ਵੱਡੀ ਹੈ, ਜੇ ਉਹਦੇ ਮਨੋਂ ਤੂੰ ਨਹੀਂ ਭੁੱਲਦਾ। ਤੂੰ ਆਪਾਂ ਨੇ ਉਹਦੀ ਯਾਦ ਵਿੱਚ ਰਹਿਣਾ, ਨਾ ਕਿ ਅਸੀਂ ਪਦਾਰਥਾਂ ਵੱਲ ਜਾਂ ਇਹਨਾਂ ਪਦਵੀਆਂ ਵੱਲ ਦੌੜੀ। ਸਮਝ ਆ ਗਈ? ਫਿਰ ਪੜ੍ਹੋ
ਪਾਤਸ਼ਾਹ ਕਹਿੰਦੇ ਨੇ ਸਾਲਾ ਹੀ ਤਾਂ ਲਾਹ ਇਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਭਾਵੇਂ ਸਮੁੰਦਰ ਨਾ ਜਾਣੀਏ ਸਮੁੰਦਰ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਰ ਧਨ ਕੀੜੀ ਤੁਲ ਨਾ ਹੁਮਨੀ ਜੇ ਤਿਸ ਮਨੋ ਨ ਵੀਸਰੈ ਉਹ ਕੀੜੀ ਦੇ ਬਰਾਬਰ ਵੀ ਨਹੀਂ ਜਿਹੜੀ ਕੀੜੀ ਨੂੰ ਪਰਮਾਤਮਾ ਤੂੰ ਨਹੀਂ ਭੁੱਲਦਾ ਉਹ ਕੀੜੀ ਮਹਾਨ ਹੈ ਉਹ ਸੱਤਾ ਸਮੁੰਦਰਾਂ ਦਾ ਸ਼ਾਹ ਉਹ ਪਹਾੜਾਂ ਜਿੰਨੀ ਦੌਲਤ ਦਾ ਮਾਲਕ ਉਸ ਕੀੜੀ ਦੇ ਬਰਾਬਰ ਵੀ ਨਹੀਂ ਤੋ ਗੱਲ ਤਾਂ ਹੈ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮੰਨ ਭਾਈ ਅਸੀਂ ਉਹਦਾ ਸਿਮਰਨ ਕਰਨਾ ਅਸੀਂ ਉਹਦਾ ਸ਼ੁਕਰਾਨਾ ਕਰਨਾ ਇਸ ਲਈ ਮਹਾਰਾਜ ਕਹਿੰਦੇ ਨੇ ਸੌਂਦੇ ਵਾਹ ਵਾਹ ਉਚਰੈ ਬੋਲੋ ਉਸਦੇ ਵੀ ਵਾਹ ਕਰੇ ਨਾਨਕ ਤੇ ਮੁੱਖ ਉਜਲੇ ਜੇ ਨਿੱਤ ਉੱਠ ਸਮਾਨੇ ਜਿਹੜੇ ਰੋਜ਼ ਉਹਨੂੰ ਯਾਦ ਕਰਦੇ ਨੇ ਉਹ ਸਭ ਤੋਂ ਸੋਹਣੇ ਆ ਉਹ ਸਭ ਤੋਂ ਵੱਡੇ ਆ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨੇ ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਏ ਤਾਂ ਕਿ ਅੰਤ ਨ ਪਾਏ ਜਾਏ ਇਹ ਅੰਤ ਨ ਜਾਣੇ ਕੋਏ ਇਹਨੂੰ ਇਹੋ ਨਹੀਂ ਬੋਲਣਾ ਇਹ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੇ ਕੋਈ ਇਸ ਉੱਚੇ ਕੋ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਹੁਣ ਅੰਤ ਅੱਖਰ ਜਿਹੜਾ ਇਹਦਾ ਤੁਸੀਂ ਸਮਝ ਗਏ ਵੀ ਕਿਸੇ ਚੀਜ਼ ਦਾ ਜਦੋਂ ਅਖੀਰ ਨਾ ਪਤਾ ਲੱਗੇ ਫਿਰ ਅਸੀਂ ਕੀ ਕਹਿੰਦੇ ਹਾਂ ਬੇਅੰਤ ਮਹਾਰਾਜ ਵੀ ਉਹ ਕਹਿੰਦੇ ਭਾਈ ਅਸੀਂ ਉਹਦਾ ਅੰਤ ਨਹੀਂ ਪਾ ਸਕਦੇ ਜੇ ਉਹਦੀਆਂ ਸਿਫਤਾਂ ਕਰੋ ਤਾਂ ਵੀ ਉਹਦਾ ਅੰਤ ਕਹਿਣ ਨਾ ਅੰਤ ਕਿਸੇ ਦੇ ਕਹਿਣ ਨਾ ਰੋਜ਼ ਤੁਸੀਂ ਪੜ੍ਹਦੇ ਹੋ ਸਿਮ੍ਰਿਤ ਬੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਅੰਤ ਨਹੀਂ ਕੋ ਪਾ ਸਕਦਾ ਬਹੁਤ ਸ਼ਾਸਤਰ ਬਹੁਤ ਸਿਮ੍ਰਤੀ ਪੂਜ ਸੁਨਾਈ ਹਰ ਹਰੇ ਅੰਤ ਨ ਸਿਫਤੀ
ਹੁਣ ਜੀ ਆਪੇ ਪੜ੍ਹੀ ਜਾਓ, ਅੰਤ ਨ ਕਰਨਾ ਨਾ ਉਹਦੇ ਕੀਤੇ ਕੰਮਾਂ ਦਾ ਕੋਈ ਅੰਤ ਹੈ ਨਾ ਦੇਣ ਦਾ ਅੰਤ। ਜੋ ਕੁਝ ਉਹਨੇ ਸਾਨੂੰ ਦਿੱਤਾ ਆਪਾਂ ਗਿਣਤੀ ਕਰ ਸਕਦੇ ਹਾਂ, ਉਹਨਾਂ ਦੀ ਕੀਮਤ ਪਾ ਸਕਦੇ ਹਾਂ, ਫਿਰ ਅਸੀਂ ਕਿਉਂ ਟਾਈਮ ਗਵਾਈਏ, ਅਸੀਂ ਕਿਉਂ ਨਾ ਉਹਦਾ ਸਿਮਰਨ ਕਰੀਏ, ਅਸੀਂ ਅੰਤ ਪਾਉਣ ਵਾਲੇ ਪਾਸੇ ਜਾਈਏ ਹੀ ਕਿਉਂ ਜਦੋਂ ਪਾਈ ਨਹੀਂ ਤਾਂ। ਅੰਤ ਨੂੰ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ। ਕਿਸੇ ਨੇ ਕਿੰਨੀ ਦੁਨੀਆ ਵੇਖ ਲਈ ਹੋਵੇ, ਕੋਈ ਅੰਤ ਹੈ? ਹਾਨੀ ਹੋਰ ਬੜੀ ਪਈ ਹੈ, ਕਿੰਨਾ ਸੁਣ ਲਵੇ ਫਿਰ ਵੀ ਨਹੀਂ ਅੰਤ ਪਾ। ਅੰਤ ਨ ਜਾਪੈ ਕਿਆ ਮਨ ਮੰਤ, ਕਿਆ ਮਨ ਮੰਤ, ਮਨ ਦੇ ਨੰਨੇ ਨੂੰ ਸਿਆਰੀ ਹੈ, ਉਹਦੇ ਮਨ ਵਿੱਚ ਕੀ ਮੰਤਰ ਨੇ, ਅਗਲੀ ਘੜੀ ਉਹਨੇ ਕੀ ਕਰ ਦੇਣਾ ਸਾਨੂੰ ਕੀ ਪਤਾ। ਹੁਣ ਅਸੀਂ ਇੱਥੇ ਠੀਕ ਠਾਕ ਬੈਠੇ ਹੋਏ ਹਾਂ, ਅਗਲੀ ਘੜੀ ਕੀ ਕਰਨਾ ਉਹਨੂੰ ਸਾਨੂੰ ਪਤਾ ਨਹੀਂ। ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾ ਵਾਰ। ਪਾਰਾ ਵਾਰ ਦਾ ਮਤਲਬ ਪਰਲਾ ਪਾਸਾ, ਉਹਦਾ ਐਂਡ ਕਿਸੇ ਨੂੰ ਪਤਾ ਨਹੀਂ। ਮਹਾਰਾਜ ਕਹਿੰਦੇ ਅੰਤ ਕਾਰਨ ਕੀਤੇ ਬਿਨ ਲਾਹੀ, ਉਹਦਾ ਅੰਤ ਜਾਣਨ ਵਾਸਤੇ ਬੜੇ ਬਿਲਕ ਰਹੇ, ਬੜੇ ਯਤਨ ਕਰ ਰਹੇ, ਤਾਂ ਕਿ ਅੰਤ ਨ ਪਾਏ ਜਾਏ। ਇਹ ਅੰਤ ਨ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਜਿੰਨਾ ਉਹਨੂੰ ਵੱਡਾ ਕਹੋ ਉਸ ਤੋਂ ਵੀ ਵੱਡਾ। ਉੱਚੇ ਤੇ ਉੱਚਾ ਭਗਵੰਤ। ਹੁਣ ਮਹਾਰਾਜ ਕਹਿੰਦੇ ਵੀ ਦੱਸੋ, ਸਤਿਗੁਰੂ ਕਹਿੰਦੇ ਭਾਈ ਮੇਰੀ ਸਮਝ ਤਾਂ ਇਹ ਆਇਆ ਕਿ ਵੱਡਾ ਸਾਹਿਬ ਉੱਚਾ ਥਾਂ, ਉਹ ਸਾਹਿਬ ਬਹੁਤ ਵੱਡਾ ਹੈ, ਥਾਂ ਦਾ ਮਤਲਬ ਉਹਦਾ ਸਥਾਨ ਟਿਕਾਣਾ ਵੀ ਬਹੁਤ ਵੱਡਾ ਹੈ, ਅਤੇ ਉੱਚੇ ਉੱਪਰ ਉੱਚਾ ਨਾਂ, ਉਹਦੇ ਤੋਂ ਉੱਚੇ ਤੋਂ ਉੱਚੇ ਦਾ ਨਾਮਣਾ ਹੈ, ਉਹਦਾ ਨਾਮ ਸਭ ਤੋਂ ਉੱਚਾ ਹੈ। ਮਾਨੇ ਫਿਰ ਅਸੀਂ ਕੀ ਕਰੀਏ? ਕਹਿੰਦੇ ਤੁਸੀਂ ਇਹ ਕਰੋ ਵੀ ਉਹਦੇ ਵਰਗੇ ਜਾਂ ਤਾਂ ਉੱਚੇ ਬਣ ਜਾਓ। ਦੇਖੋ ਨਾ, ਜਿਤਨਾ ਕੋਈ ਵੱਡਾ ਆਦਮੀ ਹੋਵੇ ਉਹਦੇ ਬਰਾਬਰ ਦਾ ਬੰਦਾ ਤੂੰ ਜਾਣ ਸਕਦਾ, ਮਾੜਾ ਵਿਚਾਰਾ ਗਰੀਬ ਕੀ ਜਾਣੇਗਾ। ਇਹ ਵੱਡ ਉੱਚਾ ਹੋਵੇ ਕੋਏ, ਜਿਸ ਉੱਚੇ ਕੋ ਜਾਣੇ ਸੋਏ। ਇਹ ਵੱਡ ਕੇਵਟ ਜੇ ਵੱਡ ਤੇ ਵੱਡ, ਇਹ ਵੱਡ ਦਾ ਮਤਲਬ ਏਡਾ ਵੱਡਾ, ਜਿੱਡਾ ਵੱਡਾ ਪਰਮਾਤਮਾ ਹੈ ਓਡਾ ਵੱਡਾ ਕੋਈ ਹੋ ਜਾਏ ਅਤੇ ਉਹ ਦੱਸ ਸਕਦਾ। ਅਸੀਂ ਓਡੇ ਵੱਡੇ ਹੈ ਨਹੀਂ, ਅਸੀਂ ਤਾਂ ਕੀ ਦੇਖੇ ਰਮ ਹਾਂ। ਮਹਾਰਾਜ ਕਹਿੰਦੇ ਇਹ ਵੱਡ ਉੱਚਾ ਹੋਵੇ ਕੋਏ, ਇਸ ਉੱਚੇ ਕੋ ਜਾਣੇ ਸੋਏ। ਜੇ ਵੱਡ ਆਪ ਜਾਣੇ ਆਪ ਆਪ, ਜਿੱਡਾ ਵੱਡਾ ਉਹ ਹੈ ਉਹ ਆਪ ਹੀ ਜਾਣਦਾ ਖੇਡ। ਹਾਂ ਜੇ ਕਿਸੇ ਤੋਂ ਉਹਦੀ ਕਿਰਪਾ ਹੋ ਜਾਏ, ਨਾਨਕ ਨਦਰੀ ਕਰਮੀ ਦਾਤ,
ਨਜ਼ਰੀ ਕਰਨ ਦਾ ਮਤਲਬ ਮਿਹਰ ਦੀ ਨਜ਼ਰ ਹੋ ਜਾਏ। ਰੋਜ਼ ਤੁਸੀਂ ਪੜ੍ਹਦੇ ਹੋ ਜਿਸ ਨੂੰ ਤੂੰ ਜਾਣਨਾ ਹੈ, ਸਾਰੇ ਬੋਲੋ ਜਿਸ ਨੂੰ ਤੂੰ ਜਾਣਨਾ ਹੈ, ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੋ ਅਸੀਂ ਉਹਦਾ ਸਿਮਰਨ ਤੇ ਕਰਦੇ, ਉਹਦੀ ਯਾਦ ਕਰਕੇ ਉਹਦੇ ਨਾਲ ਇੱਕ ਮਿਕ ਤੇ ਹੋ ਸਕਦੇ ਹਾਂ, ਪਰ ਉਹਦਾ ਅੰਤ ਸਮਾਂ ਹੋ ਚੁੱਕਾ ਹੈ। ਇਹ ਦੀਵਾਨ ਹੀ ਹੈ, ਤੁਸੀਂ ਕਿਉਂ ਲਾਲਚ ਕਰ? ਮੈਨੂੰ ਇਹ ਆਨੰਦ ਆ ਰਿਹਾ ਵੀ ਤੁਹਾਨੂੰ ਸਮਝ ਆ ਰਹੀ ਹੈ, ਅਤੇ ਕੋਈ ਐਸੀ ਗੱਲ ਨਹੀਂ, ਦੀਵਾਨ ਤਾਂ ਜਿੰਨੇ ਕਹੋਗੇ, ਪਰ ਮੇਰਾ ਮਤਲਬ ਇਹਨੂੰ ਚੰਗੀ ਤਰ੍ਹਾਂ ਸਮਝਦੇ। ਚਲੋ ਤੁਹਾਡਾ ਹੁਕਮ ਤਾਂ ਮੰਨਣਾ ਹੈ ਨਾ, ਕਿ ਤੁਹਾਨੂੰ ਮੁਖੀ ਬਣਾਇਆ ਨਾ। ਹਾਂਜੀ ਚਲੋ ਪੜ੍ਹੋ ਜੀ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗੈ ਜੋਧੇ ਅਪਾਰ, ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖਪ ਟੁੱਟੈ ਬੇਕਾਰ, ਕੇਤੇ ਨਹਿ ਲੈ ਮੁੱਕਰ ਪਾਹੀ, ਕੇਤੇ ਮੂਰਖ ਖਾਹੀ ਖਾਹੀ, ਕੇਤਿਆ ਦੁੱਖ ਭੂਪ ਸਰ ਮਾਰ, ਇਹ ਭੇਦਾ ਤੇਰੀ ਦਾ ਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਆਖਣ ਪਾਏ, ਉਹ ਜਾਣੇ ਜੇਤੀਆਂ ਮੋਹ ਖਾਏ, ਆਪੇ ਜਾਣੇ ਆਪੇ ਦੇ, ਆਖੇ ਸੇ ਪੇ ਕੇਈ ਕੇ, ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਹੁਣ ਪਾਤਸ਼ਾਹ ਕਹਿੰਦੇ ਨੇ ਬਹੁਤਾ ਕਰਮ, ਕਰਮ ਕਹਿੰਦੇ ਬਖਸ਼ਿਸ਼, ਉਹਦੀ ਬਖਸ਼ਿਸ਼ ਇੰਨੀ ਜ਼ਿਆਦਾ ਹੈ ਕਿ ਜੇ ਅਸੀਂ ਲਿਖਣਾ ਚਾਹੀਏ ਤਾਂ ਲਿਖ ਦਿੰਦੇ। ਕਹਿੰਦੇ ਨੇ ਇੱਕ ਫਕੀਰ ਇੱਕ ਰਾਜੇ ਨੂੰ ਮਿਲਣ ਚਲਾ ਗਿਆ, ਰਾਜੇ ਨੇ ਉਹਦਾ ਬੜਾ ਸਤਿਕਾਰ ਕੀਤਾ, ਬਿਠਾਇਆ। ਰਾਜੇ ਨੇ ਆਪਣੇ ਨੌਕਰ ਨੂੰ ਹੁਕਮ ਦਿੱਤਾ, ਮੈਨੂੰ ਪਿਆਸ ਲੱਗੀ, ਪਾਣੀ ਦਾ ਪਿਆਲਾ ਲਿਆਓ। ਨੌਕਰ ਚਲਾ ਗਿਆ। ਫਕੀਰ ਕਹਿਣ ਲੱਗਾ, ਬਾਦਸ਼ਾਹ ਸਲਾਮਤ ਗੱਲ ਪੁੱਛਾਂ, ਜਿਹਨੇ ਤੁਹਾਨੂੰ ਪਿਆਸ ਲੱਗੀ ਹੈ? ਕਹਿੰਦਾ ਹਾਂ। ਕਹਿੰਦਾ ਪਿਆਸ ਲੱਗੀ ਹੋਵੇ ਤਾਂ ਪਾਣੀ ਨਾ ਮਿਲੇ ਫੇਰ? ਹੁਣ ਤਾਂ ਵੇਖੋ ਨਾ, ਸਾਨੂੰ ਪਾਣੀ ਮਿਲਦਾ ਅਤੇ ਅਸੀਂ ਬੇਕਦਰੀ ਕਰਦੇ ਹਾਂ, ਟੂਟੀਆਂ ਚੱਲ ਰਹੀਆਂ ਨੇ, ਕਦਰ ਨਹੀਂ ਕਰਦੇ।
ਪਰ ਕਦਰ ਉਦੋਂ ਹੁੰਦੀ ਜਦੋਂ ਪਾਣੀ ਨਾ ਮਿਲੇ। ਫਿਰ ਅਸੀਂ ਇਹਨਾਂ ਨੂੰ ਇੱਕ ਗਲਾਸ ਵੀ ਕੋਈ ਦੇਵੇ ਨਾ। ਫਕੀਰ ਦਾ ਕੰਮ ਸੀ ਰੱਬ ਨਾਲ ਜੋੜ। ਉਹਦਾ ਬਾਦਸ਼ਾਹ, ਜੇ ਤੁਹਾਨੂੰ ਪਿਆਸ ਲੱਗੀ ਹੋਵੇ ਅਤੇ ਪਾਣੀ ਨਾ ਮਿਲੇ, ਤੁਸੀਂ ਆਖੋ ਮੈਂ ਤਾਂ ਮਰਨ ਲੱਗਾ, ਪਿਆਸ ਨਾਲ ਤੜਫਣ ਲੱਗ ਪਾਓ। ਇਹੋ ਜਿਹੀ ਹਾਲਤ ਵਿੱਚ ਜੇ ਤੁਹਾਨੂੰ ਕੋਈ ਪਾਣੀ ਦਾ ਪਿਆਲਾ ਲਿਆ ਕੇ ਪਿਲਾਵੇ, ਤੁਹਾਡੀ ਜਾਨ ਬਚਾਵੇ, ਫਿਰ ਤੁਸੀਂ ਉਹਨੂੰ ਕੀ ਦਿਓਗੇ? ਚਾਹੇ ਰਾਜੇ ਨੂੰ ਸੋਚ ਲਓ, ਚਾਹੇ ਆਪਣੇ ਆਪ 'ਤੇ ਸੋਚ ਲਓ। ਰਾਜਾ ਸੋਚਾਂ 'ਚ ਪੈ ਗਿਆ, ਅੰਦਰ ਫਕੀਰ ਸਾਈਂ, ਰੱਬ ਨਾ ਕਰੇ ਜੇ ਐਸੀ ਹਾਲਤ ਬਣ ਜਾਏ, ਪਾਣੀ ਨਾ ਮਿਲੇ ਅਤੇ ਮੇਰੇ ਪ੍ਰਾਣ ਨਿਕਲਦੇ ਹੋਣ, ਅਤੇ ਮੈਨੂੰ ਕੋਈ ਪਾਣੀ ਦਾ ਪਿਆਲਾ ਲਿਆ ਕੇ ਪਿਲਾਵੇ, ਮੇਰੀ ਜਾਨ ਬਚਾਵੇ, ਮੈਂ ਆਪਣੀ ਹਕੂਮਤ ਦਾ ਅੱਧਾ ਹਿੱਸਾ ਉਹਨੂੰ ਦੇ ਦਾਂ। ਆਮ ਲੋਕ ਕਹਿੰਦੇ ਨਾ, ਜਾਨ ਹੈ ਅਤੇ ਜਾਨ ਹੈ, ਜੇ ਜਾਨ ਹੀ ਨਾ ਰਹੀ ਤਾਂ ਮੈਂ ਇਸ ਦੌਲਤ ਨੂੰ ਕੀ ਕਰਾਂ? ਇੰਨੀ ਦੇਰ ਨੂੰ ਨੌਕਰ ਪਾਣੀ ਲੈ ਕੇ ਆ ਗਿਆ, ਹੁਣ ਰਾਜੇ ਨੇ ਹੱਥ ਵਿੱਚ ਫੜਿਆ ਪਿਆਲਾ ਅਤੇ ਸਾਈਂ ਵੱਲ ਦੇਖਦਾ, ਫਕੀਰ ਵੱਲ। ਫਕੀਰ ਕਹਿਣ ਲੱਗਾ, ਬਾਦਸ਼ਾਹ ਪੀਓ ਪਾਣੀ, ਤੁਹਾਨੂੰ ਪਿਆਸ ਲੱਗੀ ਹੈ ਅਤੇ ਪੀਓ। ਮੈਂ ਪੀ ਲਿਆ। ਕਹਿੰਦਾ, ਬਾਦਸ਼ਾਹ ਇੱਕ ਗੱਲ ਹੋਰ ਪੁੱਛਾਂ, ਪਾਣੀ ਤੁਸੀਂ ਆਪਣੀ ਇੱਛਾ ਨਾਲ ਪੀਤਾ? ਪਰਮਾਤਮਾ ਨਾ ਕਰੇ ਜੇ ਪਾਣੀ ਤੁਹਾਡੇ ਅੰਦਰ ਰੁਕ ਜਾਏ, ਪੀਤਾ ਤਾਂ ਤੁਸੀਂ ਆਪ ਹੈ, ਬੰਦ ਪੈ ਜਾਏ। ਉਹਦੇ ਦੇਖਿਆ ਤੁਸੀਂ ਬੰਦ ਪਿਆ ਕਿਸੇ ਪਰਮਾਤਮਾ ਨਾਲ? ਮੈਂ ਦੇਖਿਆ ਜਿਹਨੂੰ ਬੰਦ ਪੈ ਜਾਂਦਾ ਨਾ, ਉਹ ਫਿਰ ਮੱਛੀ ਵਾਂਗੂ ਟਣ ਉਹਨਾਂ ਨੂੰ ਕਿਸੇ ਤਰ੍ਹਾਂ ਇਹ ਮੇਰੇ ਅੰਦਰੋਂ ਖਾਰਜ ਹੋ। ਕਹਿੰਦੇ, ਤੁਸੀਂ ਤੜਫਣ ਲੱਗ ਪਓ ਵੀ ਪਾਣੀ ਪੀਤਾ ਵੀ ਆਪ ਹੈ, ਮੰਗਿਆ ਵੀ ਆਪ ਹੈ, ਪਰ ਅੰਦਰੋਂ ਨਿਕਲੇ ਨਾ, ਬੰਦ ਪੈ ਜਾਏ, ਅਤੇ ਫਿਰ ਕੋਈ ਹਕੀਮ ਕੋਈ ਵੈਦ ਤੁਹਾਨੂੰ ਕੁੜੀ ਦੇਵੇ ਅਤੇ ਉਹ ਪਾਣੀ ਜਾਏ ਨਿਕਲ, ਉਹਨੂੰ ਤੁਸੀਂ ਕੀ ਦਿਓ? ਰਾਜਾ ਕਹਿੰਦਾ, ਖੁਦਾ ਨਾ ਖਾਸਤਾ ਰੱਬ ਨਾ ਕਰੇ ਜੇ ਇਸ ਤਰ੍ਹਾਂ ਦੀ ਹਾਲਤ ਹੋ ਜਾਏ ਅਤੇ ਮੇਰੀ ਕੋਈ ਜਾਨ ਬਚਾਵੇ ਅਤੇ ਮੈਂ ਉਹਨੂੰ ਆਪਣਾ ਅੱਧਾ ਰਾਜ ਦੇ ਦਿਆਂ। ਫਕੀਰ ਸਾਈਂ ਕਹਿਣ ਲੱਗੇ, ਰਾਜਨ, ਇਹਦਾ ਮਤਲਬ ਤੁਹਾਡੀ ਇਹ ਸਾਰੀ ਹਕੂਮਤ ਦਾ ਮੁੱਲ ਇੱਕ ਪਾਣੀ ਦਾ ਪਿਆਲਾ। ਬਸ ਅਹਿਸਾਸ ਕਰੋ ਰੱਬ ਨੇ ਕੀ ਕੁਝ ਦਿੱਤਾ। ਅਸੀਂ ਮੁੱਕਰ ਜਾਂਦੇ, ਭੁੱਲ ਜਾਂਦੇ, ਬਹੁਤਾ ਕਰਮ ਲਿਖਿਆ ਨਾ ਜਾਏ, ਐਡਾ ਵੱਡਾ ਦਾਤਾ ਹੈ ਉਹ, ਇੰਨੀਆਂ ਬਖਸ਼ਿਸ਼ਾਂ ਦਿੱਤੀਆਂ ਨੇ, ਉਹਦਾ ਦਿੱਤਾ ਹੋਇਆ ਅਸੀਂ ਲਿਖ ਨਹੀਂ ਸਕਦੇ।